ਹੈ। ਔਰ ਅਗਰ ਟੈਸਟ ਵਿੱਚ ਤੁਸੀਂ ਇਨਰੋਲ ਕਰਨਾ ਚਾਹੁੰਦੇ ਹੋ, ਪੰਜਾਬ ਦੇ ਸਾਰੇ ਪੇਪਰਾਂ ਵਿੱਚ ਪੰਜਾਬੀ ਮਾਂ ਬੋਲੀ ਵਿੱਚ ਤੁਹਾਨੂੰ ਮੌਕ ਟੈਸਟ ਮਿਲਣਗੇ, ਤਾਂ ਤੁਸੀਂ ਗਿਲਜ਼ ਮੈਂਟਰ ਦੀ ਐਪ ਡਾਊਨਲੋਡ ਕਰਕੇ ਔਰ ਤੁਸੀਂ ਸਰਚ ਕਰਨਾ ਹੈ ਆਲ ਪੰਜਾਬ ਗਵਰਨਮੈਂਟ ਐਗਜ਼ਾਮ ਟੈਸਟ ਸੀਰੀਜ਼, ਜਾਂ ਟੈਸਟ ਸੀਰੀਜ਼ ਸਰਚ ਦਨ ਸਰਚ ਕਰੋਗੇ ਤਾਂ ਤੁਹਾਨੂੰ ਮਿਲ ਜਾਏਗੀ। ਠੀਕ ਹੈ ਜੀ। ਤਾਂ ਇਸ ਮੈਂਸ਼ੂਰੇਸ਼ਨ ਕਲਾਸ ਤੋਂ ਪਹਿਲਾਂ ਅਗਰ ਤੁਸੀਂ ਪੀਡੀਐਫ ਦਾ ਬਹੁਤ ਸਾਰਾ ਕੇਸ ਹੈ, ਦੇਖੋ ਮੇਰਾ ਪ੍ਰਯਾਸ ਜਿੱਥੋਂ ਤੱਕ ਹੈ, ਮੈਂ ਕਰੰਟ ਅਫੇਅਰ ਦੇ ਨੋਟਸ ਤੁਹਾਨੂੰ ਦੇ ਰਿਹਾ, ਮੈਂ ਤੁਹਾਨੂੰ ਅਸੀਂ ਪੂਰਾ ਪ੍ਰਯਾਸ ਕੀਤਾ, ਛੋਟਾ ਛੋਟਾ ਹੀ ਸਹੀ, ਤੁਹਾਨੂੰ ਸਪੋਰਟ ਕਰਦੇ ਰਵਾਂਗੇ। ਤੁਸੀਂ ਅਗਰ ਘਰ ਬੈਠੇ ਉਸਨੂੰ ਡਾਊਨਲੋਡ ਕਰਕੇ ਪ੍ਰੈਕਟਿਸ ਕਰੋਗੇ, ਟੈਲੀਗ੍ਰਾਮ 'ਚ ਮੈਂ ਕੰਟੈਂਟ ਦੇ ਰਿਹਾ ਤੁਹਾਨੂੰ, ਤਾਂ ਤੁਸੀਂ ਡਾਊਨਲੋਡ ਕਰਕੇ ਪ੍ਰਿੰਟੇਬਲ ਨੂੰ ਪੜ੍ਹ ਸਕਦੇ ਹੋ, ਬਟ ਇਹ ਸਮਾਂ ਬੜਾ ਇੰਪੋਰਟੈਂਟ ਹੈ। ਚਲੋ ਬਈ, ਤਾਂ ਮੈਂਸ਼ੂਰੇਸ਼ਨ ਦੀ ਕਲਾਸ ਦੇ ਵਿੱਚ ਕੀ ਕੁਝ ਹੋਏਗਾ? ਪਿਕਚਰਾਈਜੇਸ਼ਨ ਨਾਲ ਸਮਝਾਂਗੇ, ਹਾਸੇ ਖੇਡੇ ਨਾਲ ਸਮਝਾਂਗੇ, ਟ੍ਰਿਕਸ ਨਾਲ ਤੇ ਰੇਸ਼ੀਓ ਮੈਥਡ ਨਾਲ ਮੈਂ ਤੁਹਾਨੂੰ ਸਵਾਲ ਕਰਾਊਂਗਾ, ਤੇ ਮੇਰਾ ਪ੍ਰਯਾਸ ਹੋਏਗਾ ਇਸ ਕਲਾਸ 'ਚ ਤੁਹਾਨੂੰ ਫਾਰਮੂਲਾ ਟਾਈਪ ਸਾਰੇ ਯਾਦ ਕਰਾ ਦੂੰਗਾ। ਠੀਕ ਹੈ, ਕਿਉਂਕਿ ਸਾਡੇ ਕੋਲ ਕੀ ਹੈ ਕਿ ਇੱਕ ਇੱਕ ਸਵਾਲ ਇੰਪੋਰਟੈਂਟ ਹੈ, ਤੇ ਬਾਕੀ ਇਹ ਚੀਜ਼ ਕੰਮ ਜ਼ਰੂਰ ਕਰ ਦਿਓ, ਰੂਲਰ ਜੇ ਵਾਲਾ ਘੁੰਮਣ ਲੱਗ ਗਿਆ, ਇਹ ਤਾਂ ਕਰਕੇ ਤੁਹਾਨੂੰ ਆਵਾਜ਼ਾਂ ਮਾਰਦਾ, ਤੁਹਾਨੂੰ ਸਤਰਕ ਕਰਦਾ ਹੈ ਕਿ ਬਈ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਪਿੱਛੇ ਖਬਰ ਨਾ ਰਹਿ ਜੇ। ਦੇਖੋ ਸਭ ਤੋਂ ਪਹਿਲਾਂ ਬਹੁਤ ਸਿੰਪਲ ਜੀ ਗੱਲ ਸਿੱਖਾਂਗੇ, ਇਹ ਸਵਾਲ ਕਰਨ ਤੋਂ ਪਹਿਲਾਂ ਟੂ ਦਾ ਪੁਆਇੰਟ ਚੀਜ਼ਾਂ ਸਿਖਾਉਣ ਦਾ ਪ੍ਰਯਾਸ ਕਰਾਂਗਾ। ਅੱਛਾ, ਕਿ ਟ੍ਰਾਇੰਗਲ ਹੁੰਦਾ ਕੀ ਹੈ? ਪਹਿਲਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੀ ਤ੍ਰਿਭੁਜ ਕਿਸ ਨੂੰ ਕਹਿੰਦੇ ਆ। ਅੱਛਾ, ਮੈਨੂੰ ਇੱਕ ਸਿੰਪਲ ਜਿਹਾ ਕਮੈਂਟ ਕਰਕੇ ਦੱਸੋ ਵੀ ਟ੍ਰਾਇੰਗਲ ਕਿਹਨੂੰ ਕਹਿੰਦੇ ਆ, ਬਸ ਇੰਨੀ ਜੀ ਚੀਜ਼ ਮੈਨੂੰ ਤੁਹਾਡੇ 'ਚੋਂ ਕੌਣ ਕਮੈਂਟ ਕਰਕੇ ਦੱਸ ਸਕਦਾ ਹੈ? ਸਿੰਪਲ ਜੀ ਗੱਲ ਦੱਸ ਦਿਓ ਮੈਨੂੰ ਕਿ ਸਰ ਇਸ ਨੂੰ ਅਸੀਂ ਟ੍ਰਾਇੰਗਲ ਕਹਿੰਦੇ ਹਾਂ। ਤ੍ਰਿਭੁਜ ਦੀ ਪਰਿਭਾਸ਼ਾ, ਭਾਸ਼ਾ ਜੋ ਵੀ ਹੈ, ਤੁਸੀਂ ਮੈਨੂੰ ਕਾਈਂਡਲੀ ਇੱਕ ਸਿੰਪਲ ਜਿਹਾ ਕਮੈਂਟ ਕਰਕੇ ਦੱਸ ਦਿਓ, ਸਿੰਪਲ ਜਿਹਾ ਕਮੈਂਟ ਕਰਕੇ ਦੱਸ ਦਿਓ ਕਿ ਤ੍ਰਿਭੁਜ ਤੁਸੀਂ ਕਿਸ ਨੂੰ ਕਹਿੰਦੇ ਹੋ ਔਰ ਸਾਨੂੰ ਕਿਸ ਨੂੰ ਸਿਖਾਇਆ ਗਿਆ ਕਿ ਬੱਚੇ ਆਹ ਟ੍ਰਾਇੰਗਲ ਹੈ। ਹਾਂਜੀ, ਪੁੱਛ ਲਓ ਸਰ ਸਾਰਿਆਂ ਨੂੰ, ਟ੍ਰਾਇੰਗਲ ਦਰਅਸਲ ਕਹਿੰਦੇ ਕਿਸ ਨੂੰ ਆ? ਟ੍ਰਾਇੰਗਲ ਕਹਿੰਦੇ ਕਿਸ ਨੂੰ ਹੈ? ਤ੍ਰਿਭੁਜ ਦੀ ਰਾਈਟ ਡੈਫੀਨੇਸ਼ਨ ਕੀ ਹੈ? ਅੱਛਾ ਜੀ, ਕਿਆ ਗੱਲ ਕਰਦੇ ਹੋ, ਹੈ? ਓ ਵੈਰੀ ਗੁੱਡ, ਓ ਵੈਰੀ ਗੁੱਡ, ਵੈਰੀ ਗੁੱਡ, ਸਾਰਿਆਂ ਦੇ ਆਨਸਰ ਆਉਣੇ ਸ਼ੁਰੂ ਹੋ ਗਏ, ਸਾਰਿਆਂ ਦੇ ਆਨਸਰ ਆਉਣੇ ਸ਼ੁਰੂ ਹੋ ਗਏ। ਠੀਕ ਹੈ ਜੀ, ਜਿਹਦੀਆਂ 3 ਸਾਈਡਾਂ ਹੋਣ, ਕੋਈ ਕਹਿੰਦਾ 30 ਆਨਸਰ ਹੈ, ਕਰਤਾ ਜੀ ਕਰਤਾ ਜੀ ਲਾਈਕ, ਓਕੇ ਠੀਕ ਹੈ, ਥੈਂਕ ਯੂ ਸੋ ਮਚ, ਕੋਈ ਗੱਲ ਨਹੀਂ, ਡੋਂਟ ਵਰੀ, ਨੋ ਨੀਡ ਟੂ ਬੀ ਪੈਨਿਕ। ਦੇਖੋ ਇਹ ਸਵਾਲ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਲੈ ਕੇ ਆਇਆ, ਜਿਹੜੇ ਸਾਡੇ ਕੋਲ ਨੀਟਰ ਤੇ ਨਲੀਟ ਦੀ ਕੁਐਸਚਨ ਸੀਰੀਜ਼ ਦੇ ਵਿੱਚ 700 ਕੁਐਸਚਨ ਫਰੇਮ ਹੈ, ਮੈਂ 700 ਕੁਐਸਚਨਾਂ ਦਾ ਪੀਡੀਐਫ ਵੀ ਤੁਹਾਨੂੰ ਪ੍ਰੋਵਾਈਡ ਕਰਾਂਗਾ, ਪ੍ਰੈਕਟਿਸ ਕਰ ਲਿਓ ਆਪਣੇ ਘਰ ਬੈਠ ਕੇ, ਐਗਜ਼ਾਮ ਤੋਂ ਜਾਣ ਤੋਂ ਪਹਿਲਾਂ ਇੱਕ ਵਾਰੀ ਅੱਖਾਂ ਥਾਣੀ ਕੱਢ ਲਿਓ, ਕੰਮ ਠੀਕ ਹੋ ਜਾਏਗਾ। ਚਲੋ ਥੋੜ੍ਹੀ ਜਿਹੀ ਬੇਸਿਕ ਜਾਣਕਾਰੀ ਦੇ ਦਾਂ, ਫਿਰ ਫਟਾਫਟ ਆਪਾਂ ਕੁਐਸਚਨ ਕਰਾਂਗੇ ਤਾਂ ਸਾਰਿਆਂ ਨੂੰ ਠੀਕ ਲੱਗੇਗਾ, ਸਮਾਂ ਜ਼ਿਆਦਾ ਆਪਾਂ ਵੇਸਟ ਨਹੀਂ ਕਰਾਂਗੇ। ਚਲੋ ਦੇਖੋ, ਟ੍ਰਾਇੰਗਲ ਦੀ ਡੈਫੀਨੇਸ਼ਨ ਵੀ ਸਿੱਖਦੇ ਹਾਂ, ਟ੍ਰਾਇੰਗਲ ਦੇ ਪ੍ਰਕਾਰ ਤੇ ਪਰਿਭਾਸ਼ਾ ਤੇ ਆਸਾ ਵੀ ਸਿੱਖਦੇ ਹਾਂ। ਮੈਂ ਸਭ ਤੋਂ ਪਹਿਲਾਂ ਇੱਕ ਚੀਜ਼ ਸਮਝਣਾ ਚਾਹੁੰਦਾ ਹੈ ਕਿ ਅਗਰ ਸਾਡੇ ਕੋਲ ਕਿਸੇ ਵੀ ਪ੍ਰਕਾਰ ਦਾ ਟ੍ਰਾਇੰਗਲ ਹੈ ਤਾਂ ਆਪਾਂ ਇਸ ਨੂੰ ਕੀ ਆਈਡੈਂਟੀਫਾਈ ਕਰਦੇ ਹਾਂ? ਆਪਾਂ ਇਸ ਨੂੰ ਆਈਡੈਂਟੀਫਾਈ ਇਹ ਕਰਦੇ ਹਾਂ ਕਿ ਅਗਰ ਸਾਡੇ ਕੋਲ ਇਸ ਤਰੀਕੇ ਦਾ ਟ੍ਰਾਇੰਗਲ ਹੈ, ਇਸ ਤਰੀਕੇ ਦੀ ਸ਼ੇਪ ਹੈ, ਤਾਂ ਆਪਾਂ ਇਸ ਨੂੰ ਕੀ ਕਹਿ ਦਿੰਦੇ ਹਾਂ? ਤ੍ਰਿਭੁਜ ਕਹਿ ਦਿੰਦੇ ਹਾਂ। ਠੀਕ ਹੈ, ਤਿਕੋਣ ਕਹਿ ਦਿੰਦੇ ਹਾਂ। ਠੀਕ ਹੈ, ਇਟ ਇਜ਼ ਨੈਸੈਸਰੀ ਦੈਟ ਕਿ ਵਨ ਪੁਆਇੰਟ ਇਜ਼ ਨਾਟ ਐਨ ਦ ਸੇਮ ਲਾਈਨ। ਓਕੇ, ਦ ਵਨ ਮੋਰ ਥਿੰਗ, ਅਦਰ ਹੂ ਪੀਪਲ, ਕੌਣ ਦੱਸ ਸਕਦਾ ਮੈਨੂੰ ਕਿ ਟ੍ਰਾਇੰਗਲ? ਚਲੋ ਦੇਖੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਕੋਲ ਏ ਤੇ ਬੀ ਵਨ ਸਾਈਡ ਹੈ, ਬੀ ਤੇ ਸੀ ਅਦਰ ਸਾਈਡ ਹੈ, ਤੇ ਸੀ ਤੇ ਏ ਥ੍ਰੀ ਸਾਈਡ ਹੈ। ਜੇ ਮੈਂ ਅਗਰ ਪ੍ਰੋਪਰਟੀ ਦੀ ਗੱਲ ਕਰਾਂ ਤਾਂ ਮੈਂ ਕਹਿ ਸਕਦਾ ਏ, ਇਹਨੂੰ ਆਪਾਂ ਕਹਿ ਸਕਦੇ ਹਾਂ ਏ ਕਲੋਜ਼ਡ ਫਿਗਰ, ਕਿਆ ਕਹਿ ਸਕਦੇ ਹਾਂ? ਕਲੋਜ਼ਡ ਫਿਗਰ ਵਿਚ ਇਜ਼, ਯਾਨੀ ਬੋਲਾਂਗੇ ਵਿਚ ਇਜ਼ ਬਾਉਂਡਡ ਬਾਈ, ਬਾਉਂਡਡ ਬਾਈ ਕੀ ਬੋਲਾਂਗੇ? ਥ੍ਰੀ ਸਾਈਡ। ਠੀਕ ਹੈ,
ਇੱਕ ਬੰਦ ਆਕ੍ਰਿਤੀ ਜਿਹਦੀਆਂ ਤਿੰਨੇ ਭੁਜਾਵਾਂ ਲੰਬਾਈ ਵਿੱਚ ਕੀ ਆਪਾਂ ਕਹਿ ਸਕਦੇ ਤਿੰਨ ਭੁਜਾਵਾਂ ਤੋਂ ਗਿਰੀ ਹੋਈ ਬੰਦ ਆਕ੍ਰਿਤੀ ਨੂੰ ਆਪਾਂ ਕੀ ਬੋਲਦੇ ਹਾਂ? ਤਿਕੋਣ ਬੋਲਦੇ ਹਾਂ, ਯਾਨੀ ਟ੍ਰਾਇੰਗਲ ਬੋਲਦੇ ਹਾਂ। ਠੀਕ ਹੈ, ਲੇਕਿਨ ਆਪਾਂ ਇਹ ਸਮਝ ਲਿਆ ਕਿ ਤਿੰਨ ਕਿਹੜੀਆਂ ਕਿਹੜੀਆਂ, ਪਹਿਲੀ ਹੋ ਗਈ ਏ ਬੀ, ਦੂਸਰੀ ਕੀ ਹੋ ਗਈ ਸਾਡੇ ਕੋਲੇ ਬੀ ਸੀ, ਔਰ ਤੀਸਰੀ ਆਪਣੇ ਕੋਲੇ ਕੀ ਹੋ ਗਈ ਸੀ ਏ। ਇਹ ਤਿੰਨ ਕੀ ਹੋ ਗਈਆਂ? ਭੁਜਾਵਾਂ ਹੋ ਗਈਆਂ। ਟ੍ਰਾਇੰਗਲ ਦੇ ਤਿੰਨ ਤੁਹਾਡੇ ਕੋਲੇ ਕੋਣ ਹੈ? ਠੀਕ ਹੈ, ਯਾਨੀ ਜਿਸਦੇ ਤਿੰਨੇ ਕੋਣਾਂ ਦਾ, ਜਿਹਦੇ ਤਿੰਨ ਕੋਣ ਹੈ, ਤਿਕੋਣ ਹੈ, ਉਹਦਾ ਹਮੇਸ਼ਾ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੋਏਗਾ? 180 ਹੋਏਗਾ। ਰਾਈਟ ਹੈ। ਸਿਮਿਲਰਲੀ ਥਿੰਕ, ਅਗਰ ਕਿਸੇ ਦੇ ਚਾਰ ਐਂਗਲ ਹੈ ਤਾਂ ਚਾਰ ਐਂਗਲਾਂ ਦਾ ਜੋੜ ਕਿੰਨਾ ਆਏਗਾ? 360 ਆਏਗਾ। ਬੇਸ਼ਰਤਾ ਇਹ 90 ਡਿਗਰੀ ਵੀ ਹੋ ਸਕਦਾ, ਈਚ ਹੋ ਸਕਦਾ, ਕਿਸੇ ਦਾ 60 ਹੋਵੇ, ਕਿਸੇ ਦਾ 120 ਹੋਵੇ, ਏਦਾਂ ਏਦਾਂ ਕਰਕੇ ਚੇਂਜ ਹੋ ਕੇ ਆ ਸਕਦਾ ਹੈ। ਠੀਕ ਹੈ ਜੀ। ਅਗਰ ਮੈਂ ਤੁਹਾਨੂੰ ਇੱਕ ਸਿੰਪਲ ਜੀ ਵਜ਼ਾਰਤ ਦਵਾਂ, ਕੁਐਸਚਨ ਦੀ ਕੰਡੀਸ਼ਨ ਦਵਾਂ ਕਿ ਪੇਪਰ 'ਚ ਸਵਾਲ ਪੁੱਛ ਲਿਆ P SSB ਨੇ, ਠੀਕ ਹੈ, P SSB ਨੇ ਪੇਪਰ 'ਚ ਸਵਾਲ ਪੁੱਛ ਲਿਆ 2017 ਦੇ ਵਿੱਚ, ਤੁਹਾਨੂੰ ਪਤਾ ਹੋਏਗਾ ਕਿ ਇਲੈਕਸ਼ਨ ਕਾਨੂੰਗ ਦੀਆਂ ਟੋਟਲ ਮੇਰੇ ਹਿਸਾਬ ਨਾਲ 21 ਪੋਸਟਾਂ ਸੀ, ਪਤਾ ਨਹੀਂ 22 ਪੋਸਟਾਂ ਸੀ, ਬਾਅਦ 'ਚ ਘਟਾ ਕੇ ਉਹਨੂੰ 11 ਪੋਸਟਾਂ ਕਰਤੀਆਂ ਸੀ ਉਹਨਾਂ ਨੇ। 11 ਪੋਸਟਾਂ ਦੇ ਵਿੱਚ ਉਹਨਾਂ ਨੇ ਪੁੱਛ ਲਿਆ ਕਿ ਸਵਾਲ, ਉਹਨਾਂ ਨੇ ਕੰਡੀਸ਼ਨ ਦੇਤੀ 6-4-5, ਦੇਖੋ 6-4-5, ਠੀਕ ਹੈ, ਉਸ ਤੋਂ ਬਾਅਦ ਪੁੱਛ ਲਿਆ ਉਸਨੇ 2-4-6, 2-4-6, ਫਿਰ ਕਹਿੰਦਾ ਕਿ ਦੱਸੋ 4-4-9, 4-4-9, ਔਰ ਫਿਰ ਕਹਿੰਦਾ 4-4-8, 4-4-8। ਹੁਣ ਇਹ ਕੁਐਸਚਨ ਕੀ ਪੁੱਛ ਲਿਆ, ਕਹਿੰਦਾ ਦੱਸੋ ਕਿ ਇਹਨਾਂ ਚੋਂ ਕਿਹੜਾ ਆਪਸ਼ਨ ਟ੍ਰਾਇੰਗਲ ਨੂੰ ਰੀਪ੍ਰਜੈਂਟ ਕਰਦਾ ਹੈ, ਕਿਹੜਾ ਐਂਗਲ ਆਪਸ਼ਨ ਟ੍ਰਾਇੰਗਲ ਨੂੰ ਰੀਪ੍ਰਜੈਂਟ ਕਰਦਾ ਹੈ। ਬੇਸਿਕਲੀ ਟ੍ਰਾਇੰਗਲ ਕਿਹਨੂੰ ਕਹਾਂਗੇ ਆਪਾਂ? ਠੀਕ ਹੈ, ਯਾਨੀ ਇਹਦੇ ਚੋਂ ਸਹੀ ਆਨਸਰ ਦੇਣਾ ਹੈ, ਬਹੁਤ ਇੰਪੋਰਟੈਂਟ ਹੈ। ਟ੍ਰਾਇੰਗਲ ਦਾ ਮਤਲਬ ਇਹ ਨੀਗਾ ਕਿ ਆਪਾਂ ਕਹਿਤਾ ਕਿ ਠੀਕ ਹੈ ਜਿਹਦੇ ਤਿੰਨ ਭੁਜਾਵਾਂ ਹੈ, ਤਿੰਨ ਕੋਣ ਹੈ, ਠੀਕ ਹੈ ਜੀ, ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੈ, ਲੇਕਿਨ ਅਸਲੀ ਗੱਲ ਤਾਂ ਜਿਹੜੀ ਬਾਹਰ ਆਉਣੀ ਹੈ ਨਾ, ਉਹ ਬਹੁਤ ਬਹੁਤ ਦੂਰ ਪਈ ਹੈ, ਉਹ ਸਾਨੂੰ ਸਮਝਣਾ ਬਹੁਤ ਪਏਗਾ। ਆ ਕੁਐਸਚਨ 2017 ਦੇ ਵਿੱਚ ਬੱਚੇ ਇਲੈਕਸ਼ਨ ਕਾਨੂੰਨ ਦੇ ਐਗਜ਼ਾਮ 'ਚ ਪੁੱਛਿਆ ਗਿਆ ਸੀ, ਜਿਸ ਨੂੰ P SSB ਨੇ ਕੰਡਕਟ ਕੀਤਾ ਸੀ। ਬਹੁਤ ਸੌਖੀ ਜੀ ਗੱਲ ਹੈ, ਬਹੁਤ ਸੌਖੀ ਜੀ ਗੱਲ ਹੈ। ਠੀਕ ਹੈ ਜੀ, ਤਿੰਨ ਐਂਗਲ 180 ਡਿਗਰੀ, ਚਾਰ ਐਂਗਲ 360 ਡਿਗਰੀ। ਐਨੀ ਮੋਰ? ਸੁਖ ਸਿੰਘ ਜੀ, ਵੈਰੀ ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੋਨਿਕਾ ਪਠਾਣੀਆ, ਕੁਆਡਰੀ ਲੈਟਰ, ਠੀਕ ਹੈ, ਕਲੋਜ਼ਡ ਫਿਗਰ ਵਿੱਚ ਦਾ 3 ਸਾਈਡ। ਆਈ ਐਮ ਆਸਕਿੰਗ ਯੂ ਈਚ ਐਂਡ ਐਵਰੀਬਡੀ, ਜਸਟ ਟੈਲ ਮੀ ਡੀਅਰ ਕਿ ਵਿਚ ਇਜ਼ ਦਾ ਐਗਜੈਕਟਲੀ ਰੀਪ੍ਰਜੈਂਟ ਟੂ ਦਾ ਟ੍ਰਾਇੰਗਲ। ਠੀਕ ਹੈ, ਤਾਂ ਸਾਡੇ ਕੋਲ ਇਹ ਸਾਈਡਾਂ ਹੋ ਗਈਆਂ। ਮੰਨ ਲਓ, ਫਰਜ਼ ਕਰ ਲਓ ਆਪਾਂ 6-4 ਇੱਦਾਂ ਦਾ ਕਹਿਤਾ ਵੀ ਆਹ ਮੰਨ ਲਓ 6 ਸੈਂਟੀਮੀਟਰ ਹੈ, ਆਹ ਮੰਨ ਲਓ 4 ਸੈਂਟੀਮੀਟਰ ਹੈ, ਆਹ ਮੰਨ ਲਓ 5 ਸੈਂਟੀਮੀਟਰ ਹੈ। ਠੀਕ ਹੈ, ਆਹ ਮੰਨ ਲਓ 2 ਹੈ, ਫਿਰ 4 ਹੈ, ਫਿਰ 6 ਹੈ। ਬੱਚੇ ਇਹਦਾ ਸਹੀ ਆਨਸਰ ਦੇਣਾ ਹੈ ਪਰਫੈਕਟ ਤਰੀਕੇ ਨਾਲ। ਚਲੋ ਜੀ, 1, 2, 3, 4, 5, 6, 7, 8, 9, ਉਹ ਦੱਸੋ ਬਾਬੇ ਕੀ ਆਨਸਰ ਹੋਏਗਾ? ਗੁਰਸੇਵਕ ਸਿੰਘ ਕਹਿੰਦਾ ਜੀ ਆਪਸ਼ਨ ਪਹਿਲਾ। ਤੇ ਹੁਣ ਤੁਸੀਂ ਦੇਖੋ ਕਿ ਸਾਨੂੰ ਪੰਜਾਬ ਦੇ ਵਿੱਚ ਇਹ ਚੀਜ਼ਾਂ ਨਹੀਂ ਦੱਸੀਆਂ ਗਈਆਂ। ਜੇ ਅਸੀਂ ਆਨਸਰ ਨਹੀਂ ਕਰ ਪਾ ਰਹੇ ਤਾਂ ਸਾਨੂੰ ਦੱਸੀਆਂ ਨਹੀਂ ਗਈਆਂ। ਅਗਰ ਜੇ ਅਸੀਂ ਇਹਦਾ ਆਨਸਰ ਨਹੀਂ ਕਰ ਪਾ ਰਹੇ ਨਾ, ਇਹ ਸਾਨੂੰ ਦੱਸੀਆਂ ਨਹੀਂ ਗਈਆਂ, ਇਹ ਚੀਜ਼ ਹੈ। ਔਰ ਇਸੇ ਕਰਕੇ ਮੈਂ ਉਹੀ ਨਬਜ਼ ਚੁੱਕ ਕੇ ਲਿਆ ਜਿੱਥੋਂ ਕਿ ਪੇਪਰ ਵਾਲੇ ਨੇ ਤੁਹਾਨੂੰ ਕੰਡੀਸ਼ਨ 'ਚ ਫਸਾਉਣਾ ਹੈ। ਯਾਦ ਰੱਖੋ, ਜ਼ਿੰਦਗੀ ਦੇ ਵਿੱਚ ਉਹ ਚੀਜ਼ ਸਿਖਾਉਣਾ ਚਾਹੁੰਦਾ ਕਿ ਟ੍ਰਾਇੰਗਲ ਦੀਆਂ ਚੀਜ਼ਾਂ ਸਿੱਖਣ ਤੋਂ ਪਹਿਲਾਂ ਸਾਨੂੰ ਇਹਦੀ ਕੰਡੀਸ਼ਨ ਵੀ ਪਤਾ ਹੋਣੀ ਬਹੁਤ ਜ਼ਰੂਰੀ ਹੈ। ਹੁਣ ਯਾਦ ਰੱਖਣਾ, ਜ਼ਿੰਦਗੀ 'ਚ ਭੁੱਲਣਾ ਨਹੀਂ ਹੈ। ਤੁਹਾਡੇ ਘਰ ਦੇ ਬੱਚਿਆਂ ਨੇ ਪੁੱਛ ਲਿਆ ਨਾ
अंकल अंकल मुझे बताना कि ट्रायंगल किसको कहते हैं, है ना। फिर देखियो तो डॉक्यूमेंट डोलू मांझा जरा, पहले सवाल जी डोलू मांझा गया थोड़ा। देखो बाबे किन्ना है, 6.4 ते 5। सब तो वड्डी साइड याद रखना है, की बोल रहे हैं, सब तो वड्डी साइड तो अगर दो छोटिया साइडां दा जोड़ वड्डा है, सब तो वड्डी साइड तो ਜਿਹੜੀਆਂ ਦੋ ਸਾਈਡਾਂ ਛੋਟੀਆਂ ਹੈ ਉਹਨਾਂ ਦਾ ਜੋੜ ਵੱਡਾ ਹੈ ਤਾਂ ਉਹ ਰੀਪ੍ਰੈਜੈਂਟ ਕਰੇਗਾ ਹਮੇਸ਼ਾ ਟ੍ਰਾਇੰਗਲ ਨੂੰ। ਕਿਸ ਨੂੰ ਕਰੇਗਾ ਬੱਚੇ? ਟ੍ਰਾਇੰਗਲ ਨੂੰ, ਕਿਉਂਕਿ ਦੋ ਭੁਜਾਵਾਂ ਦਾ ਜੋੜ ਤੀਜੀ ਭੁਜਾ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ। ਇਸੇ ਕਰਕੇ ਆਪਾਂ ਕਹਾਂਗੇ ਕਿ ਇਸ ਪ੍ਰਕਾਰ ਦੇ ਕੁਐਸਚਨ ਦੇ ਵਿੱਚ ਉਹ ਟ੍ਰਾਇੰਗਲ ਨੂੰ ਰੀਪ੍ਰੈਜੈਂਟ ਕਰੇਗਾ। ਹੁਣ ਦੇਖੋ ਕਿ ਮੈਂ ਕਹਾਂਗਾ ਆਹ 6 ਹੈ, ਠੀਕ ਹੈ, ਤਾਂ 6 ਤੋਂ ਵੱਡਾ ਕੀ ਹੈ? 9 ਹੈ। ਸਮਝ ਪਾ ਰਹੇ ਹੋ? ਜੇ ਮੈਂ ਦੇਖਾਂਗਾ ਆਹ ਹੈ ਸਾਡੇ ਕੋਲ 6 ਹੈ, ਤਾਂ 6 ਦੇ ਬਰਾਬਰ ਕੀ ਹੋ ਰਿਹਾ? 4 ਦਾ ਤੇ ਇਹਦਾ ਜੋੜ ਹੋ ਰਿਹਾ। ਜੇ ਦੇਖਾਂਗਾ ਅਗਲਾ, ਇਹ 9 ਹੈ, ਤਾਂ 9 ਬੇਸਿਕਲੀ ਵੱਡਾ ਹੈ, ਇੱਧਰ 8 ਹੈ, ਪਰ ਇਹ ਕੰਡੀਸ਼ਨ ਗਲਤ ਹੈ, ਇਹ ਕੰਡੀਸ਼ਨ ਗਲਤ ਹੈ। ਆਹ ਦੇਖਾਂਗੇ ਤਾਂ ਸਾਡੇ ਕੋਲ ਬੱਚੇ ਕੀ ਹੋ ਗਿਆ? 8 ਬਰਾਬਰ 8 ਹੋ ਰਿਹਾ, ਇਕਵਲ ਵੀ ਨਹੀਂ ਹੋਣਾ ਚਾਹੀਦਾ। ਤਾਂ ਮੈਂ ਕੀ ਕੰਡੀਸ਼ਨ ਦੱਸੀ ਹੈ ਕਿ ਯਾਨੀ ਅਦਰ ਦੋ ਛੋਟੀਆਂ ਸਾਈਡਾਂ ਦਾ ਜੋੜ ਤੀਜੀ ਸਾਈਡ ਤੋਂ ਵੱਡਾ ਹੋਣਾ ਚਾਹੀਦਾ ਹੈ, ਉਸ ਨੂੰ ਹੀ ਆਪਾਂ ਟ੍ਰਾਇੰਗਲ ਬੋਲਾਂਗੇ। ਆਪਣੀ ਆਪਣੀ ਪੰਜਾਬੀ ਭਾਸ਼ਾ 'ਚ ਲਿਖ ਲਓ, ਹਿੰਦੀ 'ਚ, ਬਾਗੜੀ 'ਚ, ਗੁਜਰਾਤੀ, ਸਰ ਜੀ ਤੁਹਾਡੀ ਵਿੱਚ ਇੰਗਲਿਸ਼ ਜੋ ਕਿ ਹਾਂ ਨਹੀਂ, ਮੇਰੀ ਇੰਗਲਿਸ਼ 'ਚ ਨਾ ਪਤਾ ਕਿ ਮੇਰੀ ਤਾਂ ਸਪੈਲਿੰਗ ਫਸ ਜਾਂਦੀ ਹੈ, ਠੀਕ ਹੈ, ਪਰ ਮੈਂ ਫਿਰ ਵੀ ਜੁਗਾੜ ਜਿਹਾ ਲਾ ਲੈਂਦਾ ਹੁੰਦਾ, ਠੀਕ ਹੈ। ਬੇਸਿਕਲੀ ਯਾਦ ਰੱਖਿਓ ਕਿ ਸਮ ਆਫ ਦਾ ਅਦਰ ਟੂ ਸਾਈਡ, ਸਮ ਆਫ ਦਾ ਅਦਰ ਟੂ ਸਾਈਡ ਆਲਵੇਜ਼ ਸ਼ੁੱਡ ਬੀ ਗ੍ਰੇਟਰ ਦੈਨ ਦਾ ਬਿਗੇਸਟ ਸਾਈਡ, ਠੀਕ ਹੈ। ਮੈਂ ਚੰਗਾ ਨਹੀਂ ਲੱਗਦਾ ਕੋਹਲੀ, ਕੋਹਲੀ ਸਾਹਿਬ ਜੀ ਮੈਂ ਚੰਗਾ ਨਹੀਂ ਲੱਗਦਾ, ਭੈੜਾ ਹੈ, ਹੈ, ਸਮਝ ਰਹੇ ਹੋ? ਹਾਂਜੀ, ਤਾਂ ਇੱਥੇ ਯਾਦ ਰੱਖਣਾ ਹੈ ਕਿ ਦਾ ਸਮ ਆਫ ਟੂ ਸਾਈਡ ਇਹ ਆਲਵੇਜ਼ ਟ੍ਰਾਇੰਗਲ ਨੂੰ ਰੀਪ੍ਰੈਜੈਂਟ ਕਰੇਗਾ। ਚਲੋ, ਟ੍ਰਾਇੰਗਲ ਬੇਸਿਕਲੀ ਸਾਡੇ 4 ਤਰੀਕੇ ਦੇ ਹੁੰਦੇ ਨੇ। ਪਹਿਲਾ ਹੁੰਦਾ ਹੈ ਜਿਸ ਨੂੰ ਆਪਾਂ ਬੋਲ ਦਿੰਦੇ ਹਾਂ, ਠੀਕ ਹੈ, ਰਾਈਟ ਐਂਗਲ ਟ੍ਰਾਇੰਗਲ ਹੋ ਗਿਆ, ਜਿਸ ਨੂੰ ਬੋਲਦੇ ਹਾਂ ਸਮਕੋਣ। ਦੂਸਰਾ ਆਪਾਂ ਬੋਲ ਦਿੰਦੇ ਹਾਂ ਇਕੁਇਲੈਟਰਲ ਟ੍ਰਾਇੰਗਲ, ਇਕੁਇਲੈਟਰਲ ਟ੍ਰਾਇੰਗਲ। ਤੇ ਤੀਸਰਾ ਆਪਣੇ ਕੋਲ ਹੋ ਗਿਆ ਬੱਚੇ, ਜਿਸ ਨੂੰ ਬੋਲ ਦਿੰਦੇ ਆਪਾਂ ਆਈਸੋਸੈਲ ਟ੍ਰਾਇੰਗਲ, ਤੇ ਨੈਕਸਟ ਆਪਣੇ ਕੋਲ ਹੋ ਗਿਆ ਸਕੇਲਨ ਟ੍ਰਾਇੰਗਲ, ਠੀਕ ਹੈ। ਯਾਦ ਰੱਖਣਾ ਇਹ ਸਾਡੇ ਕੋਲ 4 ਟ੍ਰਾਇੰਗਲਾਂ ਦੇ ਬੇਸ ਤੇ ਕੁਐਸਚਨ ਆਉਣਗੇ ਪੇਪਰ ਦੇ ਵਿੱਚ। ਹੁਣ ਆਪਾਂ, ਸਾਨੂੰ ਪਤਾ ਹੋਣਾ ਚਾਹੀਦਾ ਰਾਈਟ ਐਂਗਲ ਟ੍ਰਾਇੰਗਲ ਕਿਹਨੂੰ ਕਹਿੰਦੇ ਆ। ਰਾਈਟ ਐਂਗਲ ਟ੍ਰਾਇੰਗਲ ਇਹਦਾ ਮਤਲਬ ਇਹ ਨਹੀਂ ਗਾ ਕਿ ਅਗਰ ਆਪਣੇ ਕੋਲ ਕੋਈ ਵੀ ਇਸ ਤਰੀਕੇ ਦਾ ਟ੍ਰਾਇੰਗਲ ਹੈ ਕਿ ਜਿਸ ਨੂੰ ਆਪਾਂ ਰੀਪ੍ਰੈਜੈਂਟ ਕਰ ਦਈਏ ਕਿ ਨਹੀਂ ਜੀ ਸਾਡੇ ਕੋਲ ਰਾਈਟ ਐਂਗਲ ਟ੍ਰਾਇੰਗਲ ਬਣ ਗਿਆ, ਤਾਂ ਆਪਾਂ ਕਹਿ ਦਾਂਗੇ ਕਿ ਨਹੀਂ ਜੀ ਸਾਡੇ ਕੋਲ ਕੁਐਸਚਨ ਠੀਕ ਹੈ। ਜਿਵੇਂ ਸਪੋਜ਼ ਫਰਜ਼ ਕਰ ਲਓ ਇਸ ਤਰੀਕੇ ਦੀ ਕੋਈ ਫਿਗਰ ਹੈ, ਰਾਈਟ ਐਂਗਲ ਦਾ ਮਤਲਬ ਸਮਕੋਣ ਹੈ, ਔਰ ਇਹਦਾ ਮਤਲਬ ਇਹ ਨਹੀਂ ਗਾ ਕਿ ਜਿਸਦਾ ਇੱਕ ਕੋਣ 90 ਡਿਗਰੀ ਹੈ ਇਸ ਨੂੰ ਆਪਾਂ ਰਾਈਟ ਐਂਗਲ ਬੋਲ ਦਾਂਗੇ, ਕਦੇ ਵੀ ਨਹੀਂ। ਇਹ ਹੁੰਦਾ ਬੇਸ, ਬੇਸ ਨੂੰ ਬੋਲੇ ਬੱਚੇ ਕੀ ਬੋਲਦੇ ਨੇ? ਆਧਾਰ। ਇਹ ਹੁੰਦਾ ਪਰਪੈਂਡੀਕੁਲਰ, ਪਰਪੈਂਡੀਕੁਲਰ ਦਾ ਮਤਲਬ ਉਚਾਈ ਹੈ, ਔਰ ਇਹਨੂੰ ਬੋਲਦੇ ਨੇ ਆਪਾਂ ਕਰਨ, ਯਾਨੀ ਇਹਨੂੰ ਬੋਲਦੇ ਨੇ ਹਾਈਪੋਟੈਨਿਅਸ, ਠੀਕ ਹੈ, ਰਾਈਟ ਹੈ। ਤਾਂ ਇਹ ਦੇਖੋ ਯਾਦ ਰੱਖਣਾ ਕਿ ਸਾਡੇ ਕੋਲ ਸਿੰਪਲ ਜਾਂ ਜਦੋਂ ਇਹ ਪ੍ਰਕਾਰ ਦਾ ਟ੍ਰਾਇੰਗਲ ਆਏਗਾ ਇਸ ਨੂੰ ਆਪਾਂ ਕੀ ਬੋਲ ਦਿੰਦੇ ਹਾਂ? ਸਮਕੋਣ, ਜਿਹਦਾ ਇੱਕ ਕੋਣ 90 ਡਿਗਰੀ ਦਾ ਹੁੰਦਾ। ਬਟ ਇਹ ਹਮੇਸ਼ਾ ਰੀਪ੍ਰੈਜੈਂਟ ਤਾਂ ਕਰੇਗਾ, ਇਸ ਨੂੰ ਆਪਾਂ ਤਦ ਬੋਲ ਸਕਦੇ ਹਾਂ ਕਿ ਇਹਨੂੰ ਪਾਇਥਾਗੋਰਸ ਥਿਓਰਮ ਤੇ ਆਪਾਂ ਨੂੰ ਪ੍ਰੂਫ ਕਰਨਾ ਪਏਗਾ ਕਿ ਹਾਈਪੋਟੈਨੀਅਸ ਦਾ ਸਕੇਅਰ ਬਰਾਬਰ ਬੇਸ ਦੇ ਸਕੇਅਰ ਪਲੱਸ ਪਰਪੈਂਡੀਕੁਲਰ ਦੇ ਸਕੇਅਰ ਦੇ ਅਗਰ ਇਕੁਅਲ ਹੈ। ਇਹਦਾ ਮਤਲਬ ਕੀ ਹੈ? ਇਗਜ਼ਾਮਪਲ ਦਿੰਦਾ ਮੈਂ ਤੁਹਾਨੂੰ।
ਅਗਰ ਮੰਨ ਲਓ ਮੇਰੇ ਕੋਲ ਤਿੰਨ ਹੈ ਤੇ ਇੱਕ ਚਾਰ ਹੈ ਤੇ ਇੱਕ ਪੰਜ ਹੈ, ਟ੍ਰਾਇੰਗਲ ਦੀਆਂ ਤਿੰਨ ਸਾਈਡਾਂ ਹੈ, ਤਾਂ ਮੈਂ ਸਭ ਤੋਂ ਪਹਿਲਾਂ ਇਸ ਨੂੰ ਇਹ ਚੀਜ਼ ਕਹਿ ਸਕਦਾ ਕਿ ਕਿਸੇ ਵੀ ਸੋਰੀ ਮਾਫ ਕਰਨਾ, ਟ੍ਰਾਇੰਗਲ ਜਿਹੜਾ ਇਕੁਇਲੇਟਰਲ ਰਾਈਟ ਐਂਗਲ ਟ੍ਰਾਇੰਗਲ ਹੈ, ਇਸ ਦੇ ਵਿੱਚ ਜਿਹੜੀ ਹਾਈਪੋਟੈਨੀਅਸ ਸਾਈਡ ਹੈ ਨਾ ਉਹ ਸਭ ਤੋਂ ਜ਼ਿਆਦਾ ਵੱਡੀ ਹੁੰਦੀ ਹੈ, ਤਾਂ ਇਹ ਕਰੇਗੀ 5 ਸੈਂਟੀਮੀਟਰ ਨੂੰ, ਠੀਕ ਹੈ, ਆਹ ਹੋ ਜਾਏਗੀ ਤੁਹਾਡੇ ਕੋਲ 4 ਸੈਂਟੀਮੀਟਰ ਤੇ ਆਹ ਹੋ ਜਾਏਗੀ ਤੁਹਾਡੇ ਕੋਲ 3 ਸੈਂਟੀਮੀਟਰ। ਇਹਦਾ ਮਤਲਬ ਇਹ ਹੈ ਕਿ ਅਗਰ ਆਪਾਂ ਜਿਹੜਾ ਹਾਈਪੋਟੈਨੀਅਸ ਹੈ ਉਸਦਾ ਸਕੇਅਰ ਕਰਾਂਗੇ ਅਦਰ ਦੋ ਸਾਈਡਾਂ ਦੇ ਬਰਾਬਰ ਹੈ, ਤਾਂ ਹਮੇਸ਼ਾ ਉਹ ਰਿਪ੍ਰਜੈਂਟ ਕਿਹਨੂੰ ਕਰੇਗਾ, ਰਾਈਟ ਐਂਗਲ ਟ੍ਰਾਇੰਗਲ ਨੂੰ ਕਰੇਗਾ, ਠੀਕ ਹੈ। ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ, ਪਹਿਲੀ ਚੀਜ਼। ਦੂਸਰੀ ਚੀਜ਼ ਕਿ ਅਗਰ ਮੰਨ ਲਓ ਕਿ ਮੇਰੇ ਕੋਲ ਕੰਡੀਸ਼ਨ ਨੰਬਰ 2 ਤੇ ਜੇ ਮੈਂ ਗੱਲ ਕਰਦਾ ਤਾਂ ਏਰੀਆ ਆਫ ਟ੍ਰਾਇੰਗਲ ਕਿਹਨੂੰ ਬੋਲਦੇ ਆ, ਏਰੀਆ ਆਫ ਟ੍ਰਾਇੰਗਲ ਹੁੰਦਾ ਹੈ 1/2, ਯਾਨੀ ਕੀ ਹੁੰਦਾ ਹੈ, ਮੇਰੇ ਕੋਲ ਬੇਸ ਇੰਟੂ ਕੀ ਹੋਏਗਾ, ਹਾਈਟ, ਬੇਸ ਇੰਟੂ ਕੀ ਹੋਏਗਾ, ਹਾਈਟ। ਵੈਸੇ ਕਰਨਾ ਜੇ ਕੋਈ ਸਟੂਡੈਂਟ ਤੁਹਾਡੇ ਚੋਂ ਅਗਰ ਬਿਲੋਂਗ ਟੂ ਦਾ ਮੈਥਮੈਟਿਕਸ ਹੈਗਾ ਤਾਂ ਇਹ ਐਗਜੈਕਟਲੀ ਫਾਰਮੂਲਾ ਨਹੀਂ ਹੁੰਦਾ ਗਾ, ਇਹਨੂੰ ਬਣਾਇਆ ਗਿਆ, ਠੀਕ ਹੈ, ਬਿਕੋਜ਼ ਸਾਈਨ ਥੀਟਾ ਆਪਾਂ 60 ਡਿਗਰੀ ਦੇ ਬਰਾਬਰ ਲੈ ਕੇ ਚੱਲਾਂਗੇ, ਕਿਉਂਕਿ 1 sided 60 ਡਿਗਰੀ ਦੇ ਬਰਾਬਰ ਹੁੰਦੀ ਹੈ ਉਹਦੀ, ਠੀਕ ਹੈ। ਅਗਰ ਆਪਣੇ ਕੋਲ ਇਸ ਤਰੀਕੇ ਦਾ ਰਾਈਟ ਐਂਗਲ ਹੈ ਤਾਂ ਆਪਾਂ ਇਹਨੂੰ ਬੋਲ ਦਿੰਦੇ ਹਾਂ ਸਾਈਨ ਥੀਟਾ 60 ਦੇ ਇਕੁਅਲ ਲੈ ਕੇ ਚੱਲਾਂਗੇ, ਬਟ ਇੰਨੀ ਕੋਈ ਡਿਫਤ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ, ਇਸ ਨੂੰ ਆਪਾਂ ਯਾਦ ਰੱਖ ਲਾਂਗੇ, ਠੀਕ ਹੈ, ਬਹੁਤ ਸਿੰਪਲ ਜਿਹੀ ਚੀਜ਼ ਹੈ। ਦੂਸਰਾ ਜੇ ਆਪਾਂ ਫਾਰਮੂਲੇ ਦੀ ਗੱਲ ਕਰਦੇ ਹਾਂ, ਨੰਬਰ ਨੈਕਸਟ ਹੈ ਜਿਸ ਨੂੰ ਬੋਲ ਦਿੰਦੇ ਆਪਾਂ ਇਕੁਇਲੇਟਰਲ ਟ੍ਰਾਇੰਗਲ, ਠੀਕ ਹੈ, ਇਕੁਇਲੇਟਰਲ ਟ੍ਰਾਇੰਗਲ, ਤੇ ਇਕੁਇਲੇਟਰਲ ਨੂੰ ਬੋਲ ਦਿੰਦੇ ਆਪਾਂ ਆਮ ਬੋਲਚਾਲ ਦੀ ਭਾਸ਼ਾ ਵਿੱਚ ਸਮਬਾਜੂ ਤ੍ਰਿਭੁਜ। ਬੱਚੇ ਸਮਬਾਜੂ ਦਾ ਮਤਲਬ ਕੀ ਹੁੰਦਾ ਹੈ, ਇਕੁਇਲੇਟਰਲ ਦਾ ਮਤਲਬ ਕੀ ਹੈ, ਧਿਆਨ ਦੇਣ ਵਾਲੀ ਗੱਲ ਹੈ, ਬਹੁਤ ਬਹੁਤ ਵਧੀਆ, ਛੋਟੇ ਬਸ ਛੋਟੇ ਜਿਹੇ ਟਾਈਮ 'ਚ ਜ਼ਿਆਦਾ ਚੀਜ਼ਾਂ ਸਮਝਣ ਦਾ ਪ੍ਰਯਾਸ ਕਰਾਂਗੇ ਕਿ ਇਕੁਇਲੇਟਰਲ ਟ੍ਰਾਇੰਗਲ ਕਹਿੰਦੇ ਕਿਹਨੂੰ ਹੈ। ਇਕੁਇਲੇਟਰਲ ਦਾ ਟ੍ਰਾਇੰਗਲ ਹੈ ਕਿ ਸਮ ਆਫ ਆਲ ਦਾ ਸਾਈਡਸ ਆਰ ਇਕੁਅਲ, ਯਾਨੀ ਮੈਂ ਕਹਿ ਸਕਦਾ ਕਿ ਜਿਹੜੀਆਂ ਸਾਡੇ ਕੋਲ ਲੰਬਾਈ 'ਚ ਤਿੰਨੇ ਭੁਜਾਵਾਂ ਬਰਾਬਰ ਹੋਣ, ਫਰਜ਼ ਕਰੋ ਕਿ ਆਹ ਏ ਬੀ ਹੈ, ਅਗਰ ਆਹ ਸਾਡੇ ਕੋਲ 4 ਸੈਂਟੀਮੀਟਰ ਹੈ ਤਾਂ ਆਹ ਵੀ ਸਾਡੇ ਕੋਲ 4 ਸੈਂਟੀਮੀਟਰ ਆਏਗੀ, ਠੀਕ ਹੈ, ਤੇ ਇਹ ਵੀ ਸਾਡੇ ਕੋਲ 4 ਸੈਂਟੀਮੀਟਰ ਆਏਗੀ। ਤਾਂ ਪਹਿਲੀ ਪ੍ਰੋਪਰਟੀ ਕੀ ਇਹਦੀ, ਇਹ ਹੁੰਦੀ ਹੈ ਕਿ ਆਲ ਸਾਈਡਸ ਹੈ ਨਾ ਜਿਹੜੀਆਂ, ਆਲ ਸਾਈਡਸ ਆਰ ਇਕੁਅਲ ਇਨ ਲੈਂਥ, ਠੀਕ ਹੈ। ਦੂਸਰੀ ਜਿਹੜੀ ਗੱਲ ਕੰਡੀਸ਼ਨ ਗੱਲ ਕਰਦੇ ਹਾਂ ਤਾਂ ਆਪਾਂ ਕਹਿ ਸਕਦੇ ਹਾਂ ਇਹਦੇ ਜਿਹੜੇ ਸਾਰੇ ਐਂਗਲ ਹੈ, ਇਹਦੇ ਜਿਹੜੇ ਸਾਰੇ ਐਂਗਲ ਹੈ ਉਹ ਵੀ ਰੀਪ੍ਰਜੈਂਟ ਕਰਦੇ ਆ 60 60 60 60 ਡਿਗਰੀ ਨੂੰ, ਰਾਈਟ ਹੈ। ਤੀਜੀ ਜਿਹੜੀ ਆਪਾਂ ਮੈਂਸ਼ੂਰੇਸ਼ਨ ਗਰਾਊਂਡ ਤੇ ਗੱਲ ਕਰਦੇ ਹਾਂ ਮੇਰੇ ਦੋਸਤ, ਉਹ ਹੁੰਦਾ ਏਰੀਆ, ਔਰ ਏਰੀਆ ਦਾ ਫਾਰਮੂਲਾ ਇਹਦਾ ਆਏਗਾ, ਯਾਨੀ √3/4 ਇੰਟੂ ਕੀ ਆ ਜਾਏਗਾ ਤੁਹਾਡੇ ਕੋਲ ਸਾਈਡ ਦਾ ਸਕੇਅਰ, ਕਿਆ ਆ ਜਾਏਗਾ, ਸਾਰੇ ਜਣੇ ਬੋਲੋ, ਠੀਕ ਹੈ ਜੀ, ਸਾਰੀਆਂ ਭੁਜਾਂ ਬਰਾਬਰ ਹੋਣ, ਬਿਲਕੁਲ ਠੀਕ ਹੈ ਜੀ, ਕਿਆ ਬਾਤ ਹੈ, ਹੈਨਾ। ਦੇਖੋ ਏਰੀਆ ਕੀ ਹੁੰਦਾ ਹੈ, √3/4 ਇੰਟੂ ਸਾਈਡ ਦਾ ਸਕੇਅਰ। ਹੁਣ ਇਹ ਫਾਰਮੂਲਾ ਕਿੱਥੋਂ ਡਰਾਈਵ ਹੋਇਆ, ਮੈਂ ਇਹਦੇ ਬਾਰੇ ਵੀ ਸਮਝਾ ਸਕਦਾ, ਬਟ ਆਪਾਂ ਮੁੱਦੇ ਦੀ ਗੱਲ ਕਰੀਏ ਜ਼ਿਆਦਾ ਅੱਛਾ ਹੋਊਗਾ, ਮੈਂ ਅਲੱਗ ਤੋਂ ਸਮਝਾ ਦੂੰਗਾ ਤੁਹਾਨੂੰ। ਬਾਬੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਇਹ ਬੋਲ ਦਿੰਦੇ ਆ ਪੈਰਾਮੀਟਰ ਨੂੰ, ਠੀਕ ਹੈ, ਪੈਰਾਮੀਟਰ ਸਾਡੇ ਕੋਲ ਆਉਂਦਾ, ਪੈਡਰ ਪੈਰਾਮੀਟਰ ਦਾ ਮਤਲਬ ਪਰਿਮਾਪ। ਹੁਣ ਦੇਖੋ ਮੇਰੇ ਕੋਲ ਮੰਨ ਲਓ ਆਹ ਮੇਰੇ ਏਸੀ ਦਾ ਇੱਕ ਰਿਮੋਟ ਹੈ, ਜਾਂ ਮੰਨ ਲਓ ਮੈਂ ਇੱਕ ਪਲੋਟ ਲਿਆ ਤੇ ਪਲੋਟ ਦੀਆਂ ਚਾਰ ਜੋ ਚੁਕਾਉਣਾ ਹੈ ਨਾ, ਤਿਕੋਣਾ ਥੋੜੀ ਕੋਕਾ ਥੋੜੀ ਪਾਉਂਗਾ ਮੈਂ, ਠੀਕ ਹੈ। ਅਗਰ ਮੈਂ ਪਲੋਟ ਲਿਆ ਤੇ ਪਲੋਟ ਦੀਆਂ ਚਾਰੇ ਸਾਈਡਾਂ ਦਾ ਜਿੰਨਾ ਲੰਬਾਈ ਚੌੜਾਈ ਹੋਏਗੀ ਨਾ ਉਹਨਾਂ ਦਾ ਜੋੜ ਹੀ ਪਰਿਮਾਪ ਹੁੰਦਾ ਹੈ, ਤਾਂ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਅਗਰ ਚਾਰ ਤਿੰਨੇ ਸਾਈਡਾਂ ਬਰਾਬਰ ਹੈ ਤਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਏ ਬੀ ਪਲੱਸ ਬੀ ਸੀ ਪਲੱਸ ਸੀ, ਬਸ ਇੰਨੀ ਜਿਹੀ ਚੀਜ਼ ਹੈ, ਹੋਰ ਕੁਛ ਵੀ ਨਹੀਂ ਹੈ, ਠੀਕ ਹੈ। ਸੋ ਦੈਟ ਇਸ ਗੱਲ ਨੂੰ ਖਿਆਲ ਰੱਖਿਓ, ਪੇਪਰ ਦੇ ਵਿੱਚ ਸਾਨੂੰ ਇਹ ਚੀਜ਼ਾਂ ਬਹੁਤ ਬੇਸਿਕ ਜੀਆਂ ਪੁੱਛੀਆਂ ਜਾਂਦੀਆਂ ਹੈ। ਨੋਟ ਕਰਨਾ ਮਾਈ ਡੀਅਰ ਸਟੂਡੈਂਟਸ, ਅਗਰ ਸਾਨੂੰ ਪੁੱਛਿਆ ਜਾਵੇ
ਕਿ ਬਈ ਰਾਈਟ ਐਂਗਲ ਟ੍ਰਾਇੰਗਲ ਦਾ ਖੇਤਰਫਲ ਕੱਢਣਾ ਹੈ ਤਾਂ ਕੀ ਫਾਰਮੂਲਾ ਲਾਵਾਂਗੇ, 1/2 ਬੇਸ ਇੰਟੂ ਹਾਈਟ, ਕਿਉਂਕਿ ਦੇਖੋ ਆਹ ਹੋ ਗਿਆ ਬੇਸ ਬਾਬੇ, ਆਹ ਹੋ ਗਿਆ ਹਾਈਟ ਹੈ, ਤਾਂ ਇਸਦਾ ਆਪਾਂ ਏਰੀਆ ਇਸੇ ਫਾਰਮੂਲੇ ਤੇ ਸਾਰੇ ਜਣੇ ਕੱਢ ਲਾਂਗੇ ਬਸ, ਠੀਕ ਹੈ। ਹਾਂ ਰਾਈਟ ਹੈ ਜੀ। ਚਲੋ ਹੁਣ ਆਪਾਂ ਪਹੁੰਚਦੇ ਹਾਂ ਸਾਡੇ ਕੁਐਸਚਨ ਸੀਰੀਜ਼ ਤੇ, ਤੇ ਜੇ ਸਕਰੀਨਸ਼ਾਟ ਲੈ ਲਓਗੇ ਤਾਂ ਚੰਗੀ ਗੱਲ, ਆਪਦੇ ਨੋਟਸ ਬਣਾ ਕੇ ਰੱਖ ਲਿਓ, ਨਹੀਂ ਤਾਂ ਫਿਰ ਸਾਧੂ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ ਭਾਈ ਹੈ। ਪਹਿਲਾ ਕੁਐਸਚਨ ਆ ਪਾਇਆ ਸੀ ਇਹਨਾਂ ਨੇ P SSB ਕਲਰਕ ਦੇ ਵਿੱਚ, P SSB ਕਲਰਕ ਦੇ ਪੇਪਰ ਵਿੱਚ ਕੁਐਸਚਨ ਪਾਇਆ ਸੀ। ਤੇ ਹੁਣ ਦੇਖੋ ਡੋਲੂ ਨਹੀਂ ਮਾਂਜਣ ਦੇਣਾ, ਬਸ ਆਪ ਲਾ ਲਓ, ਜੇ ਕਿਸੇ ਦਾ ਡੋਲੂ ਮਾਂਜਿਆ ਗਿਆ ਕੰਮ ਗਲਤ ਹੋ ਜਾਣਾ, ਫਿਰ ਤੁਹਾਡੇ ਤੁਹਾਨੂੰ ਪੜ੍ਹਾਉਣ ਦਾ ਕੋਈ ਫਾਇਦਾ ਨਹੀਂ ਰਹਿਣਾ। ਚਲੋ ਜੀ ਆ ਜਾਓ ਫਟਾਫਟ ਆ ਜਾਓ ਕਰਾ 1/1 ਤੇ ਸਾਰੇ ਜਣਿਆਂ ਨੇ ਆਨਸਰ ਦੇਣਾ ਕੀ ਤੁਹਾਡਾ ਆਨਸਰ ਬਣੇਗਾ। ਕਹਿੰਦਾ ਸਾਈਡਸ ਆਫ ਏ ਟ੍ਰਾਇੰਗਲ 5 cm, 12 cm ਤੇ 13 cm ਹੈ, ਏਰੀਆ ਆਫ ਦਾ ਟ੍ਰਾਇੰਗਲ ਦੱਸੋ ਜੀ ਕਿੰਨਾ ਬਣੇਗਾ। ਬਾਬਾ ਜੀ ਚੈੱਕ ਕਰੋ ਜੀ ਕਿਹਦਾ ਕਿਹਦਾ ਆਨਸਰ ਠੀਕ ਆ ਰਿਹਾ, ਠੀਕ ਹੈ ਬਿਲਕੁਲ। ਮੇਰੇ ਚੈਂਪੀਅਨ ਸਾਰੇ ਦੇ ਸਾਰੇ ਆਨਸਰ ਕਰਨਗੇ, ਤੇ ਆਨਸਰ ਤੁਸੀਂ ਫਟਾਫਟ ਤੇ ਤੇਜ਼ੀ ਵਾਲੀ ਮੁਦਰਾ ਦੇ ਵਿੱਚ ਕਰਨਾ ਹੈ, ਠੀਕ ਹੈ, ਤੇਜ਼ੀ ਵਾਲੀ ਮੁਦਰਾ ਦੇ ਵਿੱਚ ਸਾਰੇ ਜਣੇ ਆਨਸਰ ਕਰਦੇ ਜਾਣਗੇ, ਠੀਕ ਹੈ ਜੀ। ਪਹਿਲਾ ਸਵਾਲ ਤੁਹਾਡੀ ਸਕਰੀਨ ਤੇ ਹੈ ਤੇ ਬਾਬਾ ਜੀ ਸਾਰਿਆਂ ਨੇ ਆਨਸਰ ਕਰਦੇ ਜਾਣਾ, ਘਬਰਾਉਣ ਦੀ ਕੋਈ ਵੀ ਕਿਸੇ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ, ਘਬਰਾਉਣਾ ਤਾਂ ਹੈ ਹੀ ਨਹੀਂ ਕਿਸੇ ਨੇ, BP ਡਾਊਨ ਤਾਂ ਕਰਨਾ ਹੀ ਨਹੀਂਗਾ, ਠੀਕ ਹੈ। ਕਿੰਨਾ ਹੋ ਗਿਆ ਜੀ, ਵੈਰੀ ਗੁੱਡ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਗੱਲ ਕਰਦੇ ਹੋ ਜੀ, ਠੀਕ ਹੈ। ਤਾਂ ਕਿਸਨੇ ਆਨਸਰ ਕੱਢਿਆ ਸਭ ਤੋਂ ਪਹਿਲਾਂ, 30 30 30 30 ਆ ਜੋ ਬਈ। ਕਰਨਾ ਕਿਵੇਂ ਸੀ ਆਪਾਂ, ਆਪਾਂ ਇਸੇ ਅਪਰੋਚ ਨਾਲ ਕਰਨਾ ਸੀ। ਆਪਾਂ ਸਭ ਤੋਂ ਪਹਿਲਾਂ ਕਿਸ ਅਪਰੋਚ ਨਾਲ ਕਰਨਾ ਹੈ ਕਿ ਆਪਾਂ ਲੈਣਾ ਹੈ ਇੱਕ, ਹੁਣ ਸਾਨੂੰ ਕੀ ਪਤਾ ਲੱਗਿਆ ਵੀ ਕਿਹੜਾ ਟ੍ਰਾਇੰਗਲ ਹੈ, ਤਾਂ ਮੈਂ ਥੋੜ੍ਹੀ ਦੇਰ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਕੋਲੇ ਕੀ ਕਹਿੰਦਾ 5 12 ਤੇ 13। ਅੱਛਾ ਇੱਕ ਚੀਜ਼ ਹੋਰ ਸਿੱਖੋ, ਮੈਂ ਤੁਹਾਨੂੰ ਸਿਖਾਉਂਗਾ, ਟ੍ਰਿਪਲੇਟ ਦਾ ਕੇਸ ਹੈ ਬਾਬੇ, ਟ੍ਰਿਪਲੇਟ ਦਾ ਕੇਸ, ਅੱਖਾਂ ਤੇ ਨਾ ਪੱਟੀ ਬੰਨ ਕੇ ਇਹਦਾ ਅੱਧਾ ਕਰ ਦਿਓ ਤੇ ਇਹਨੂੰ 6 ਲਿਖ ਦਿਓ ਤੇ 6 5 30 ਆਨਸਰ ਹੋ ਜਾਊਗਾ। ਟ੍ਰਿਪਲੇਟ ਦਾ ਕੇਸ ਕੋਈ ਵੀ ਆ ਜੇ, ਹੁਣ ਤੁਹਾਡੇ ਚੋਂ ਨਹੀਂ ਪਤਾ ਹੋਣਾ ਟ੍ਰਿਪਲੇਟ ਦਾ ਕੇਸ ਕਿਹਨੂੰ ਬੋਲਦੇ, ਉਹੀ ਸਿਖਾਉਂਗਾ ਤੁਹਾਨੂੰ ਮੈਂ। ਇਹਦਾ ਮਤਲਬ ਸਭ ਤੋਂ ਵੱਡੀ ਸਾਈਡ ਕਿਹੜੀ ਹੈ, 13, ਇਹ 13 ਹੋ ਗਈ, ਇਹ 12 ਲਿਖ ਲਓ, ਇਹ 5 ਲਿਖ ਲਓ, ਇਹ ਕਿਹੜਾ ਬਣ ਗਿਆ ਸਮਕੋਣ, ਮਤਲਬ 90 ਡਿਗਰੀ ਹੈ, ਤੇ ਬਿਲਕੁਲ ਸਾਹਮਣੇ ਵਾਲੀ ਸਾਈਡ ਹਾਈਪੋਟੈਨਿਅਸ ਹੁੰਦੀ ਹੈ। ਹੁਣ ਇਹਦਾ ਆਪਾਂ ਏਰੀਆ ਕਰਨਾ ਹੈ, ਤਾਂ ਆਪਾਂ ਕੀ ਲਿਖਾਂਗੇ, 1/2 ਬੇਸ ਇੰਟੂ ਹਾਈਟ, ਤੋ 1/2 ਬੇਸ ਕਿੰਨਾ ਹੈ 12, ਹਾਈਟ ਕਿੰਨੀ ਹੈ 5 ਹੈ, ਕੱਟ ਕਰ ਦੋ 6 ਤੇ 6 ਇੰਟੂ 5 ਬਰਾਬਰ ਕਿੰਨਾ ਹੋ ਗਿਆ 30 cm ਸਕੇਅਰ, ਤਾਂ ਆਪਸ਼ਨ ਨੰਬਰ B ਆ ਜਾਣਾ ਹੈ। ਆ ਲਓ ਜੀ ਇੰਨਾ ਕੁ ਔਖਾ ਸਵਾਲ ਪੁੱਛਿਆ ਸੀਗਾ, ਐਵੇਂ ਆਪਾਂ ਡਰਦੇ ਰਹਿੰਦੇ ਹਾਂ ਕਿ ਹੋਏ ਪਤਾ ਨਹੀਂ ਕਿੱਡੀ ਕੁ ਮੈਂਚੁਰੇਸ਼ਨ ਡਿਫੀਕਲਟ ਆਉਣੀ ਹੈ, ਕੁਛ ਵੀ ਡਿਫੀਕਲਟ ਨਹੀਂ ਆਉਂਦਾ, ਠੀਕ ਹੈ। ਅੱਛਾ ਛੋਟਾ ਜਿਹਾ ਆਪਾਂ ਨੌਲੇਜ ਵੰਡ ਸ਼ੇਅਰ ਕਰ ਲੈਂਦੇ ਹਾਂ ਇੱਕ ਵਾਰੀ ਕਿ ਸਰ ਟ੍ਰਿਪਲੇਟ ਕਿਹਨੂੰ ਬੋਲਦੇ ਆ, ਮੈਂ ਥੋੜ੍ਹਾ ਜਿਹਾ ਨੌਲੇਜ ਸ਼ੇਅਰ ਕਰ ਦਿੰਦਾ ਸਾਰਿਆਂ ਨਾਲ, ਤਾਂ ਕਿ ਸਾਡੇ ਦਿਮਾਗ ਵਿੱਚ ਰਹੇ ਟ੍ਰਿਪਲੇਟ ਦਾ ਕੇਸ ਕਿਹਨੂੰ ਬੋਲ ਦਿੰਦੇ ਆ, ਠੀਕ ਹੈ। ਟ੍ਰਿਪਲੇਟ ਦਾ ਕੇਸ ਹੁੰਦਾ ਕਿ ਦੋ ਭੁਜਾਵਾਂ ਦਾ ਜੋੜ, ਸਮ ਆਫ ਦਾ ਟੂ ਸਾਈਡ ਇਕੁਅਲ ਟੂ ਦਾ ਥਰਡ ਸਾਈਡ। ਦੇਖੋ ਅਗਰ ਮੈਂ 3 ਦਾ ਸਕੇਅਰ ਕਰਾਂ, 4 ਦਾ ਸਕੇਅਰ ਕਰਾਂ, ਬਰਾਬਰ ਕੀ ਦੇ ਹੈ 5 ਦੇ ਸਕੇਅਰ ਦੇ, ਠੀਕ ਹੈ। ਹੁਣ ਮੈਂ ਅਗਰ 3 ਦਾ ਦੁੱਗਣਾ ਕਰਦਾ 6 ਦਾ ਸਕੇਅਰ, 4 ਦਾ ਦੁੱਗਣਾ ਕਰਦਾ 8 ਦਾ ਸਕੇਅਰ, 5 ਦਾ ਦੁੱਗਣਾ ਕਰਦਾ 10 ਦੇ ਸਕੇਅਰ ਦੇ ਬਰਾਬਰ ਹੋਏਗਾ। ਅਗਰ 3 ਦਾ 3 9, 12 ਬਰਾਬਰ ਕਿੰਨਾ ਹੋ ਜਾਣਾ 15, ਬੋਲੋ ਜੀ 12 16 ਬਰਾਬਰ 20, ਬੋਲੋ ਜੀ ਕਿੰਨਾ ਹੋ ਜਾਣਾ ਮੇਰੇ ਕੋਲੇ, ਬੋਲੋ ਸਾਰੇ ਜਣੇ ਕਮੈਂਟ ਕਰਕੇ 15, ਠੀਕ ਹੈ ਜੀ। ਇਹਨੂੰ ਕਿੰਨਾ ਕਰ ਦਈਏ ਆਪਾਂ 15, ਇਹਨੂੰ 20 ਕਰ ਦਈਏ, ਬਰਾਬਰ ਕੀ ਦੇ 25 ਦੇ, ਅੱਛਾ ਜੀ 18, ਫਿਰ ਇਹਨੂੰ ਕਿੰਨਾ ਕਰ ਦਈਏ 24, ਬਰਾਬਰ ਇਹਨੂੰ ਕਿਹਦੇ ਬਰਾਬਰ ਕਰ ਦਈਏ ਆਪਾਂ 30 ਦੇ ਬਰਾਬਰ ਕਰ ਦਈਏ। ਲਓ ਹੁਣ ਦੇਖੋ
9 ਦਾ ਸਕੇਅਰ 12 ਦਾ ਸਕੇਅਰ 15 ਦਾ ਸਕੇਅਰ 12 ਦਾ ਸਕੇਅਰ 16 ਦਾ ਸਕੇਅਰ 20 ਦੇ ਸਕੇਅਰ ਬਰਾਬਰ 15 ਦਾ ਸਕੇਅਰ ਇਹਦੇ ਇਹਦੇ ਬਰਾਬਰ ਠੀਕ ਹੈ ਇਹ ਕਿਉਂ ਹੋਇਆ ਕਿਉਂ ਹੋਇਆ ਕਿਉਂਕਿ ਮੈਂ ਕੁਛ ਨਹੀਂ ਕੀਤਾ ਮੇਰੀ ਕਲਾਸ ਦੇ ਵਿੱਚ ਮੈਂ ਉਹ ਟੀਚਰ ਹਾਂ ਮੈਂ ਦੇਖਿਆ ਕਈ ਕਈ ਟੀਚਰ ਡੰਡੇ ਲੈ ਕੇ ਬੱਚਿਆਂ ਨੂੰ ਸਕੇਅਰ ਯਾਦ ਕਰਾਉਂਦੇ ਆ ਬਾਬੇ ਮੈਂ ਚੈਲੰਜ ਕਰਦਾ ਇਸ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ SSC ਦੇ ਸਤਰ ਤੇ ਕਿੰਨਾ ਰੌਲਾ ਪਿਆ ਖੜਾ ਕਈ ਟੀਚਰ ਵਿਚਾਰੇ ਜਿਹੜੇ ਨੈਸ਼ਨਲ ਵੱਡੇ ਵੱਡੇ ਜਿਨ੍ਹਾਂ ਦੇ ਚੈਨਲ ਬੱਚੇ ਆ ਨਾ ਮਿਲੀਅਨ ਨੂੰ ਲੜਦੇ ਨੇ ਇੱਕ ਦੂਸਰੇ ਦੇ ਉਹ ਹੋਏ ਪਏ ਆ ਕਿਉਂਕਿ ਉਹ ਕਹਿੰਦੇ SSC ਦਾ ਟੋਪਰ ਖਰੀਦਿਆ ਇਹ ਚੱਲਦੀ ਹੈ ਖਰੀਦੋ ਖਰੀਦੋ ਬ੍ਰੋਕ ਮਾਰਕੀਟ ਦੇ ਵਿੱਚ ਕਿਉਂਕਿ ਅਸੀਂ ਤਾਂ ਯਾਰ ਸੌਦਾਗਰ ਥੋੜ੍ਹੀ ਅਸੀਂ ਤਾਂ ਸਿੰਪਲ ਟੀਚਰ ਹਾਂ ਬਾਬੇ ਮੈਂ ਤਾਂ ਤੁਹਾਡੇ ਵਰਗਾ ਬੰਦਾ ਕੋਈ ਮਿਹਨਤ ਮਿਰਚਾਂ ਨਾਲ ਰੋਟੀ ਖਵਾ ਦੇ ਮੈਂ ਤਾਂ ਉਹ ਵੀ ਖਾ ਕੇ ਟਾਈਮ ਪਾਸ ਕਰਨ ਵਾਲਾ ਬੰਦਾ ਟੀਚਰ ਹੈ ਸਮਝ ਗਏ ਤਾਂ ਬੇਸਿਕਲੀ ਇਸ ਤਰੀਕੇ ਨਾਲ ਹੈ ਤਾਂ ਇਹ ਮੈਥ ਨੂੰ ਯਾਦ ਨਹੀਂ ਕੀਤਾ ਜਾਂਦਾ ਇਹ ਤਾਂ ਅਸੀਂ ਹੀ ਦਿਮਾਗ ਹੁਣ ਦੇਖੋ ਸੋਸ਼ਲ ਮੀਡੀਆ 90% ਚੀਜ਼ਾਂ ਖਰਾਬ ਕਰ ਦਿੰਦਾ ਹੈ ਉਹ ਖਰਾਬ ਕਰਦਾ ਹੀ ਹੈ ਤਾਂ ਇਸ ਕਰਕੇ ਕੀ ਹੁੰਦਾ ਕਿ ਸਕੇਅਰ ਯਾਦ ਥੋੜ੍ਹੀ ਕਰਨੀ ਸਕੇਅਰ ਤਾਂ ਸਿਖਾਏ ਜਾਂਦੇ ਆ ਔਰ ਮੈਂ ਇੱਕ ਟ੍ਰਿਕ ਨਾਲ ਸਾਰੇ ਸਕੇਅਰ ਯਾਦ ਕਰਾਉਣਾ ਹੁੰਦਾ ਠੀਕ ਹੈ ਕੋਈ ਯਾਦ ਕਰਨ ਦੀ ਲੋੜ ਨਹੀਂ ਹੈ ਤਾਂ ਆਹ ਸਾਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਤਰੀਕੇ ਨਾਲ ਸਿੱਖ ਲਈਏ ਹੁਣ ਇਹਦੇ 'ਚ ਜਿੱਥੇ ਸਾਨੂੰ ਪ੍ਰੈਕਟਿਸ ਦੀ ਲੋੜ ਹੈ ਉਹ ਹੋ ਗਏ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਜਿਹਦੇ 'ਚ ਆਪਾਂ ਕਹਿੰਦੇ ਹਾਂ ਪ੍ਰਾਈਮ ਅਤੇ ਈਵਨ ਨੰਬਰਾਂ ਦੇ ਵਿੱਚ ਜਿਵੇਂ 5 ਦਾ ਸਕੇਅਰ ਹੈ 12 ਦਾ ਸਕੇਅਰ ਹੈ ਬਰਾਬਰ 13 ਦੇ ਸਕੇਅਰ ਹੋ ਗਿਆ ਠੀਕ ਹੈ ਜੇ ਆਪਾਂ ਲਿਖ ਲਈਏ ਫਰਜ਼ ਕਰ ਲਓ ਕਿ ਮੈਂ ਇੱਥੇ ਲਿਖ ਲਿਆ ਜਿਵੇਂ 9 ਦਾ ਸਕੇਅਰ ਬਰਾਬਰ 40 ਦਾ ਸਕੇਅਰ ਇਹ ਹੋ ਜਾਏਗਾ 41 ਦਾ ਸਕੇਅਰ ਹੋ ਗਿਆ ਠੀਕ ਹੈ ਜੇਕਰ ਮੈਂ ਇੱਥੇ ਲਿਖ ਲਿਆ 15 ਦਾ ਸਕੇਅਰ ਹੈ ਤੇ ਪਲੱਸ ਮੈਂ 8 ਦਾ ਸਕੇਅਰ ਬਰਾਬਰ ਹੋ ਗਿਆ 17 ਦੇ ਸਕੇਅਰ ਹੋ ਗਿਆ ਤੇ ਇਹ ਛੋਟੀਆਂ ਮੋਟੀਆਂ ਚੀਜ਼ਾਂ ਹੈ ਜਿਸ ਨੂੰ ਤੁਸੀਂ ਬਾਰ ਬਾਰ 10-12 ਵਾਰ ਲਿਖੋਗੇ ਇਸ ਤਰੀਕੇ ਦੇ ਸਵਾਲ ਕਰ ਲਓਗੇ ਤਾਂ ਸਾਨੂੰ ਐਗਜ਼ਾਮ ਓਰੀਐਂਟਡ ਪਤਾ ਲੱਗ ਜਾਏਗਾ ਹੁਣ ਇਹਨੇ ਕਹਿਤਾ ਮੰਨ ਲਓ ਕਿਸੇ ਟ੍ਰਾਇੰਗਲ ਦੀ ਸਾਈਡ ਕਿੰਨੀ ਹੈ 20 ਹੈ 12-16 ਕਿੰਨੀ ਹੈ 20 ਹੈ ਖੇਤਰਫਲ ਦੱਸੋ ਤੁਸੀਂ ਛੋਟੀਆਂ ਦੋ ਦਾ ਇਹਦਾ ਅੱਧ ਕਰ ਲਓ ਕਿੰਨਾ ਹੋ ਗਿਆ 8 ਤੇ 12×96 ਤੁਹਾਡਾ ਏਰੀਆ ਹੋ ਜਾਣਾ ਕਿਉਂਕਿ ਅਗਰ ਤੁਹਾਨੂੰ ਪਤਾ ਲੱਗ ਗਿਆ ਕਿ ਵੀ 18×24 ਹੈ ਤਾਂ 24 ਦਾ ਅੱਧ ਕਰ ਲਓ 12×18 × 316 ਤੁਹਾਡਾ ਕੀ ਹੈ ਖੇਤਰਫਲ ਹੈ ਰਾਈਟ ਹੈ ਕੋਈ ਦਿੱਕਤ ਇੱਥੋਂ ਤੱਕ ਚਲੋ ਹੁਣ ਆਪਾਂ ਚੱਲਦੇ ਹਾਂ ਅਗਲੇ ਕੁਐਸਚਨ ਤੇ ਜਿਹੜਾ ਸਾਡੇ ਪੇਪਰ ਲਈ ਇੰਪੋਰਟੈਂਟ ਹੈ ਆ ਰਿਹਾ ਚੱਲ ਏਰੀਆ ਕਹਿੰਦਾ ਤੁਸੀਂ ਦੱਸੋ ਰਾਈਟ ਐਂਗਲ ਟ੍ਰਾਇੰਗਲ ਦਾ ਕਿਹਦਾ ਬਾਬੇ ਰਾਈਟ ਐਂਗਲ ਟ੍ਰਾਇੰਗਲ ਦਾ ਠੀਕ ਹੈ ਰਾਈਟ ਐਂਗਲ ਟ੍ਰਾਇੰਗਲ ਦਾ ਕਹਿੰਦਾ 30 cm ਹੈ ਕਿੰਨਾ ਸਾਡੇ ਕੋਲ 30 square cm ਹੈ ਤਾਂ ਲੈਂਥ ਆਫ ਹਾਈਪੋਟੈਨਿਸ ਦੀ 13 ਹੈ ਤਾਂ ਤੁਸੀਂ ਦੱਸੋ ਕਿ ਉਹਦੀ ਸਭ ਤੋਂ ਛੋਟੀ ਸਾਈਡ ਕਿਹੜੀ ਹੋਊਗੀ ਦੱਸੋ ਜੀ ਹੁਣ ਦੇਖੋ ਬੜਾ 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 ਘੈਂਟ ਸਵਾਲ ਹੈ ਬਹੁਤ ਘੈਂਟ ਸਵਾਲ ਹੈ ਮੈਂ ਕਹਿੰਦਾ ਠਾਠ ਨਾਲ ਤੁਸੀਂ ਆਨਸਰ ਦੇ ਸਕਦੇ ਹੋ ਠੀਕ ਹੈ ਇਹ ਸਾਨੂੰ ਕੀ ਦਿੱਤਾ ਹੋਇਆ ਨਾ ਏਰੀਆ ਕਿੰਨਾ ਦਿੱਤਾ ਹੈ ਜੀ ਏਰੀਆ ਦੱਸੋ ਜੀ ਆਨਸਰ ਠੀਕ ਹੈ ਜੀ ਮਾਈ ਫੇਵਰੇਟ ਸਬਜੈਕਟ ਇਜ਼ ਮੈਥ ਕਿਆ ਬਾਤ ਹੈ ਬਹੁਤ ਵਧੀਆ ਠੀਕ ਹੈ ਜੀ ਮੈਥ ਸਾਇੰਸ ਦੁਬਾਰਾ ਹੋਏਗਾ ਮਾਈਟ ਬੀ ਮੰਗਲ ਸਾਹਿਬ ਜੀ ਮੰਗਲ ਪਾਂਡੇ ਸਾਹਿਬ ਥੋੜ੍ਹਾ ਜਿਹਾ ਵੇਟ ਕਰੋ ਠੀਕ ਹੈ ਇੱਕ ਦੋ ਦਿਨਾਂ 'ਚ ਆਪਾਂ ਨੂੰ ਕਲੀਅਰ ਹੋ ਜਾਏਗੀ ਪਿਕਚਰ ਠੀਕ ਹੈ ਹਾਂਜੀ ਦੇਖੋ ਧਿਆਨ ਨਾਲ ਸਮਝੋ ਸਾਰੇ ਜਣੇ ਕਿ ਇਹਨੂੰ ਹੁਣ ਆਪਾਂ ਕਿਸ ਤਰੀਕੇ ਨਾਲ ਸਮਝਦੇ ਇਸ ਅਪਰੋਚ ਨੂੰ ਬੜੇ ਤਰੀਕੇ ਨਾਲ ਸਮਝਣ ਦਾ ਪ੍ਰਯਾਸ ਕਰਨ ਦਾ ਲੋੜ ਨਹੀਂ ਛੋਟੇ ਜਿਹੇ ਤਰੀਕੇ ਨਾਲ ਸਮਝ ਲੈਂਦੇ ਹਾਂ ਪਹਿਲੀ ਗੱਲ ਤਾਂ ਕਹਿੰਦਾ ਕਿ ਏਰੀਆ ਆਫ ਰਾਈਟ ਐਂਗਲ ਟ੍ਰਾਇੰਗਲ ਰਾਈਟ ਐਂਗਲ ਹੈ ਤੇ ਆਹ ਹੋਊਗਾ ਕਹਿੰਦਾ ਇਹਦਾ ਕਿੰਨਾ ਏਰੀਆ ਹੈ ਤਾਂ ਆਪਾਂ ਲਿਖਾਂਗੇ 1/2 ਬੇਸ ਇੰਟੂ ਹਾਈਟ ਇਹ ਹੋ ਗਿਆ ਕਾਹਦਾ ਫਾਰਮੂਲਾ ਖੇਤਰਫਲ ਦਾ ਇਹ ਲਿਖ ਦਿਓ 30 1/2 ਹੈ ਤੇ ਸਾਨੂੰ ਕੀ ਕਹਿੰਦਾ ਇਹਦਾ ਹਾਈਪੋਟੈਨਿਸ ਕਹਿੰਦਾ 13 ਹੈ ਅਗਰ ਆ 13 ਹੈ ਸਮਝ ਗਏ ਤਾਂ ਦੱਸੋ ਸਭ ਤੋਂ ਛੋਟੀ ਸਾਈਡ ਕਿਹੜੀ ਰਹੀ ਹੋਏਗੀ ਇਹਦਾ ਮਤਲਬ ਅਗਰ ਇਹ 13 ਹੈ ਤਾਂ ਐਗਜੈਕਟਲੀ ਸਾਡੇ ਕੋਲ ਇਹਨੂੰ ਪਤਾ ਹੋਣਾ ਚਾਹੀਦਾ ਟ੍ਰਿਪਲੇਟ ਦੇ ਕੇਸ ਵਿੱਚ ਕਿੰਨਾ ਹੈ 12 ਇਹ 90° ਰਾਈਟ ਐਂਗਲ ਟ੍ਰਾਇੰਗਲ ਦੇ ਕੇਸ 'ਚ ਤਾਂ ਆਪਾਂ ਐਗਜੈਕਟਲੀ ਕੀ ਕਹਿ ਸਕਦੇ ਹਾਂ ਸਾਡੇ ਕੋਲ ਕਿੰਨਾ 5 ਹੈ ਇਹ ਸਾਡੇ ਕੋਲ 12 ਹੈ ਜੇ ਆਪਾਂ ਨੂੰ ਕੈਂਸਲ ਕਰਾਂਗੇ 30 ਆਇਆ ਹੋਏਗਾ ਤੇ ਇਹਨੇ ਕਹਿੰਦਾ ਸਭ ਤੋਂ ਛੋਟੀ ਸਾਈਡ ਕਿੰਨੀ ਹੈ 5 cm ਜਿਹਦਾ ਜਿਹਦਾ ਆਨਸਰ ਹੈ ਵੈਰੀ ਗੁੱਡ ਹੈ ਜੀ ਬਿਲਕੁਲ ਠੀਕ ਹੈ ਜੀ
ਓਕੇ ਹੈ, ਕਲੀਅਰ ਹੈ ਜੀ, ਕਲੀਅਰ ਹੈ ਸਾਰੇ ਬੱਚਿਆਂ ਨੂੰ, ਇੱਕ ਇੱਕ ਪੁਆਇੰਟ ਬਿਲਕੁਲ ਕਲੀਅਰ ਹੈ, ਇੱਕ ਇੱਕ ਚੀਜ਼ ਬਿਲਕੁਲ ਕਲੀਅਰ ਹੈ, ਇੱਕ ਇੱਕ ਚੀਜ਼ ਬਿਲਕੁਲ ਕਲੀਅਰ ਹੈ, ਨੋ ਡਾਊਟ। ਅੱਛਾ ਅੱਛਾ ਦੱਸੋ ਮੈਨੂੰ ਫਟਾਫਟ ਕਿ ਇਹਦਾ ਅਗਰ, ਚਲੋ ਇੱਥੇ ਨੇ ਅਗਲੇ ਸਵਾਲ 'ਚ ਲੈ ਕੇ ਚੱਲਦੇ ਹਾਂ। ਅਗਲਾ ਸਵਾਲ, ਆਹ ਕੁਐਸਚਨ ਤੁਹਾਨੂੰ PSSB, ਹਾਂਜੀ ਆਹ ਫੂਡ ਸੇਫਟੀ ਇੰਸਪੈਕਟਰ ਦੇ ਐਗਜ਼ਾਮ 'ਚ ਸੀਗਾ ਬਈਆ, ਫੂਡ ਸੇਫਟੀ ਇੰਸਪੈਕਟਰ ਦੇ ਐਗਜ਼ਾਮ 2018 ਵਿੱਚ ਸੀਗਾ। ਪੈਰਾਮੀਟਰ ਆਫ ਏ ਰਾਈਟ ਐਂਗਲ ਟ੍ਰਾਇੰਗਲ 60 ਸੈਂਟੀਮੀਟਰ ਹੈ, ਅਗਰ ਇਹਦਾ ਡਾਇਗੋਨਲ ਸਾਡੇ ਕੋਲੇ ਕਿੰਨਾ ਹੈ 26 ਸੈਂਟੀਮੀਟਰ ਹੈ, ਫਾਈਂਡ ਦਾ ਏਰੀਆ ਆਫ ਏ ਟ੍ਰਾਇੰਗਲ, ਫਾਈਂਡ ਦਾ ਏਰੀਆ ਆਫ ਏ ਟ੍ਰਾਇੰਗਲ, ਦੱਸੋ ਜੀ। ਠੀਕ ਹੈ, ਏਰੀਆ ਆਫ ਏ ਟ੍ਰਾਇੰਗਲ ਜਲਦੀ ਜਲਦੀ ਦੱਸੋ ਜੀ ਕਿੰਨਾ ਆਂਸਰ ਬਣੇਗਾ। ਹਾਂਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ, 5 ਦਾ ਸਕੇਅਰ, 12 ਦਾ ਸਕੇਅਰ ਬਰਾਬਰ 13 ਦਾ ਸਕੇਅਰ, ਇਹ ਤਾਂ ਸਿੱਖ ਲਿਆ ਵੀ ਤੁਸੀਂ, ਤਾਂ ਕਰਕੇ ਸ਼ਕਤੀਆਂ ਲਾਉਂਦੇ ਹੋ ਇਹ। ਓ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ, ਦੇਖਦੇ ਹਾਂ ਸਭ ਤੋਂ ਪਹਿਲਾਂ ਆਂਸਰ ਕਿਹਦਾ ਆਉਂਦਾ ਹੈ। ਇੰਨਾ ਸੌਖਾ ਕੁਐਸਚਨ ਹੈ ਨਾ ਇਹ, ਸਿਰਫ ਪੇਪਰ ਵਾਲੇ ਨੇ ਵੈਸੇ ਤੁਹਾਡਾ ਦਿਮਾਗ ਖਰਾਬ ਕੀਤਾ ਸੀ ਇਹਦੇ 'ਚ। ਦੇਖੋ ਇੱਥੇ ਕੀਤਾ ਕਿ ਇਹਨਾਂ ਨੇ, ਐਗਜ਼ਾਮੀਨਰ ਨੇ ਕੀ ਕੀਤਾ, ਅਗਰ ਕਹਿੰਦਾ ਪਹਿਲੀ ਗੱਲ ਤਾਂ ਰਾਈਟ ਐਂਗਲ ਟ੍ਰਾਇੰਗਲ ਆਏ ਲੈ ਲਓ, ਇਹਨੇ ਰਾਈਟ ਐਂਗਲ ਟ੍ਰਾਇੰਗਲ ਲੈ ਲਿਆ, ਠੀਕ ਹੈ। ਕਹਿੰਦਾ ਇਹਦਾ ਪੈਰਾਮੀਟਰ ਹੈ ਨਾ ਜਿਹੜਾ ਉਹ ਤਕਰੀਬਨ 60 ਸੈਂਟੀਮੀਟਰ। ਦੇਖੋ ਪੈਰਾਮੀਟਰ ਕਿਹਨੂੰ ਬੋਲਦੇ ਆ, ਇਹਦੀਆਂ ਤਿੰਨੇ ਭੁਜਾਵਾਂ ਦਾ ਜੋੜ, ਤਿੰਨੇ ਸਾਈਡਾਂ ਦਾ ਜੋੜ। ਪਰ ਕਹਿੰਦਾ ਨਾ, ਕਹਿੰਦਾ ਇਹਦਾ ਜਿਹੜਾ ਡਾਇਗੋਨਲ ਹੈ ਉਹ ਤਕਰੀਬਨ 26 ਸੈਂਟੀਮੀਟਰ ਹੈ, ਸਾਡੇ ਕੋਲ ਕਿੰਨਾ ਹੈ 26 ਸੈਂਟੀਮੀਟਰ ਹੈ। ਤਾਂ ਬੇਸਿਕਲੀ ਆਪਾਂ ਇਹ ਗੱਲ ਕਹਿ ਦਿੰਦੇ ਇੱਥੇ ਡਾਇਗੋਨਲ ਦੀ ਬਜਾਏ ਨਾ ਹਾਈਪੋਟੈਨੀਅਸ ਹੋਣਾ ਸੀ ਮੇਰੇ ਹਿਸਾਬ ਨਾਲ, ਹੈ ਨਾ। ਹਾਂਜੀ, ਤਾਂ ਇਹਨੇ ਕੁਐਸਚਨ ਕਹਿੰਦਾ ਕਿ ਪੈਰਾਮੀਟਰ 60 ਸੈਂਟੀਮੀਟਰ ਹੈ, ਚਲੋ ਐਨੀਵੇ ਸਾਡੇ ਕੋਲ ਕਿੰਨਾ ਆ ਗਿਆ ਟੋਟਲ 26 ਸੈਂਟੀਮੀਟਰ ਆ ਗਿਆ, ਇਹ ਕਿੰਨਾ ਆ ਗਿਆ 26 ਸੈਂਟੀਮੀਟਰ ਆ ਗਿਆ। ਅਗਰ ਇਹ 26 ਸੈਂਟੀਮੀਟਰ ਹੈ ਤਾਂ ਮੈਂ ਅਗਰ ਇਸ ਨੂੰ ਇਸ ਗਰਾਊਂਡ ਤੇ ਸੈਟਅਪ ਕਰਾਂ ਕਿ ਜਿਹਦਾ ਤਕਰੀਬਨ ਮੇਰੇ ਕੋਲ ਪੈਰਾਮੀਟਰ ਵੀ ਕਿੰਨਾ ਆ ਜੇ 60 ਆ ਜੇ, ਤਾਂ ਮੈਂ ਇੱਕ ਐਗਜ਼ਾਮਪਲ ਲੈਂਦਾ, ਅਗਰ ਇਹ 5 ਸੈਂਟੀਮੀਟਰ ਹੁੰਦਾ, ਇਹ 12 ਹੁੰਦਾ, ਇਹ 13 ਹੁੰਦਾ, ਤੇ 13 ਤੋਂ 26 ਕਿਵੇਂ ਬਣਿਆ, ਇਹ 2 ਟਾਈਮ ਜ਼ਿਆਦਾ ਹੈ। ਫਿਰ ਇਹਦਾ ਮਤਲਬ ਹੈ ਆ ਬੇਸ ਵੀ 2 ਟਾਈਮ ਜ਼ਿਆਦਾ ਹੋਣਾ ਚਾਹੀਦਾ ਸੀ, ਕਿੰਨਾ ਹੋਣਾ ਚਾਹੀਦਾ ਸੀ 24। ਫਿਰ ਆ ਵੀ 2 ਟਾਈਮ ਜ਼ਿਆਦਾ ਹੁੰਦਾ ਤਾਂ ਕਿੰਨਾ ਹੁੰਦਾ ਸਾਡੇ ਕੋਲ 10 ਸੈਂਟੀਮੀਟਰ, ਸਮਝ ਰਹੇ ਹੋ। ਤਾਂ ਜੇ ਮੈਂ ਦੇਖਾਂਗਾ ਪੈਰਾਮੀਟਰ ਦਾ ਜੋੜ ਕੀ ਹੁੰਦਾ ਹੈ, ਏ ਬੀ ਪਲੱਸ ਬੀ ਸੀ ਪਲੱਸ ਸੀ ਏ, ਇਹਦੇ 'ਚ ਕਿੰਨਾ ਲਿਖ ਲਾਂਗੇ 10 ਹੈ, ਹੁਣ ਕਿੰਨਾ ਆ ਗਿਆ 10 ਹੈ, ਪਲੱਸ ਤੁਹਾਡੇ ਕੋਲ ਕਿੰਨਾ 24 ਹੈ, ਤੇ ਤੁਹਾਡੇ ਕੋਲ ਕਿੰਨਾ 26 ਹੈ, ਟੋਟਲ ਕਿੰਨਾ ਬਣ ਗਿਆ, ਯਾਨੀ 50 ਤੇ 60 ਬਣ ਗਿਆ ਨਾ। ਤਾਂ ਬੇਸਿਕਲੀ 50 ਪਲੱਸ 10 ਇਜ ਇਕੁਅਲ ਕਿੰਨਾ ਹੋ ਗਿਆ 60 ਸੈਂਟੀਮੀਟਰ। ਤਾਂ ਪੈਰਾਮੀਟਰ ਅਗਰ ਇਹਦਾ 60 ਸੈਂਟੀਮੀਟਰ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਇਹ ਕੁਐਸਚਨ ਨੂੰ ਡਿਜ਼ਾਈਨ ਕਰ ਸਕਦੇ ਹੋ। ਕੀ ਪੁੱਛਿਆ ਗਿਆ ਸਾਨੂੰ, ਏਰੀਆ। ਤਾਂ ਏਰੀਆ ਆਪਾਂ ਕੱਟਾਂਗੇ ਤਾਂ ਸਾਡੇ ਕੋਲ ਕਿੰਨਾ ਆ ਜਾਏਗਾ, 1/2 ਬੇਸ ਇੰਟੂ ਹਾਈਟ ਹੈ, 1/2 ਬੇਸ ਕਿੰਨਾ ਹੈ ਸਾਡੇ ਕੋਲ 24, ਹਾਈਟ ਕਿੰਨੀ ਹੈ 10, ਕੈਂਸਲ ਕਰਕੇ ਕਰ ਦਿਓ 12, 120 ਸੈਂਟੀਮੀਟਰ ਸਾਡਾ ਕੀ ਆ ਗਿਆ ਏਰੀਆ। ਲਓ ਜੀ ਵੈਰੀ ਗੁੱਡ, ਬਿਲਕੁਲ ਠੀਕ ਹੈ ਜੀ। ਓਕੇ ਵਿਵੇਕ ਸ਼ਰਮਾ ਸਾਹਿਬ ਜੀ, ਸੁਖਵੀਰ ਹੇਨਾ ਤੇ ਗੁਰਸੇਵਕ ਸਾਹਿਬ ਜੀ, ਤੁਹਾਨੂੰ ਪਤਾ ਹੈ ਮੈਂ ਸਟਾਰਟਿੰਗ 'ਚ ਨਾ ਬੜੇ ਸੌਖੇ ਸੌਖੇ ਕੁਐਸਚਨ ਨੇ, ਉਹਨਾਂ ਨਾਲ ਵੀ ਡੋਲੂ ਨਾ ਮੰਨ ਜਾਵੇ ਕਿਉਂਕਿ ਕਈ ਬੰਦੇ ਨਾ BP ਵਗੈਰਾ ਘੱਟ ਸਕਦਾ ਹੈ। ਚਲੋ ਅਗਲਾ ਕੁਐਸਚਨ ਤੁਹਾਡੀ ਸਕਰੀਨ 'ਤੇ ਹੈ, ਇਹ ਕੁਐਸਚਨ ਆਇਆ ਸੀਗਾ ਪੰਜਾਬ ਦੇ ਕਲਰੀਕਲ ਐਗਜ਼ਾਮ 2016-17 ਦੇ ਵਿੱਚ ਪੇਪਰ ਹੋਇਆ ਸੀ, ਉਸ ਵਕਤ ਆਇਆ ਸੀ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀਗੀ। ਰੇਸ਼ੀਓ ਆਫ ਦਾ ਸਾਈਡ ਆਫ ਵਿੱਚ ਮੇਕਸ ਦਾ ਰਾਈਟ ਐਂਗਲ ਤੇ ਰਾਈਟ ਐਂਗਲ ਟ੍ਰਾਇੰਗਲ ਤਕਰੀਬਨ 5:12 ਦਾ ਰੇਸ਼ੀਓ ਹੈ। ਕਹਿੰਦਾ ਏਰੀਆ ਤਕਰੀਬਨ 27 ਸੈਂਟੀਮੀਟਰ ਹੈ,
27 ਸੈਂਟੀਮੀਟਰ ਸਕੁਅਰ ਹੋਣਾ ਚਾਹੀਦਾ ਹੈ। ਠੀਕ ਹੈ, ਵਾਟ ਇਜ ਦਾ ਹਾਈਪੋਟੇਨੀਅਸ, ਹਾਈਪੋਟੇਨੀਅਸ ਕਿੰਨਾ ਹੈ? ਕਹਿੰਦਾ ਭੁਜਾਵਾਂ ਦਾ ਅਨੁਪਾਤ, ਠੀਕ ਹੈ, ਸਮਕੋਣ ਤਿਕੋਣ ਵਿੱਚ ਸਮਕੋਣ ਬਣਾਉਂਦਾ ਹੈ ਜੋ ਕਿ 12 ਤੇ 10, 5 ਤੇ 12 ਦਾ ਹੈ। ਜੇਕਰ ਤਿਕੋਣ ਦਾ ਖੇਤਰਫਲ 27 ਸੈਂਟੀਮੀਟਰ ਹੈ ਤਾਂ ਹਾਈਪੋਟੈਨੀਅਸ ਕਿੰਨਾ ਹੋਏਗਾ? ਦੱਸੋ ਜੀ ਹਾਈਪੋਟੈਨੀਅਸ ਕਿੰਨਾ ਹੋਏਗਾ, ਜਲਦੀ ਦੱਸੋ ਜੀ ਆਨਸਰ ਮੈਨੂੰ, ਜਲਦੀ ਦੱਸੋ ਜੀ, ਜਲਦੀ ਜਲਦੀ, ਬਿਲਕੁਲ ਵੀ ਦੇਰੀ ਨਹੀਂ ਕਰਨੀ। ਟਾਈਮ ਤਾਂ ਆਪਾਂ ਲਾਉਣਾ ਹੀ ਨਹੀਂ ਗਾ, ਟਾਈਮ ਤਾਂ ਆਪਾਂ ਲਾਉਣਾ ਹੀ ਨਹੀਂ ਹੈ। ਇਹ ਗੱਲ ਤਾਂ ਪੱਕੀ ਹੈ ਕਿ ਸਾਡੇ ਕੋਲ ਕੀ ਬਣੇਗਾ, ਹਮਾਰੇ ਪਾਸ ਕਿਆ ਬਣਨੇ ਵਾਲਾ ਹੈ, ਆਪਣੇ ਪਾਸ ਐਸੇ ਕਰਕੇ ਇੱਕ ਰਾਈਟ ਐਂਗਲ ਟ੍ਰਾਇੰਗਲ ਬਣਨੇ ਵਾਲਾ ਹੈ। ਠੀਕ ਹੈ ਜੀ, ਅਗਰ ਆਪਣੇ ਕੋਲ ਰਾਈਟ ਐਂਗਲ ਟ੍ਰਾਇੰਗਲ ਬਣੇਗਾ ਤਾਂ ਜਿਹੜਾ ਇਹ ਤੁਹਾਡੇ ਕੋਲ ਰੇਸ਼ੀਓ ਤੋੜਾਂਗੇ ਤਾਂ 5x ਹੈ, ਇਹ 12x, ਅਗਰ 5 12 ਹੈ ਤਾਂ ਇਹ ਡੈਫੀਨੇਟਲੀ 13x ਹੋਏਗਾ। ਇਹ ਤਾਂ ਤੈਅ ਹੈ ਕਿੰਨਾ ਹੋਏਗਾ, 13x ਹੋਏਗਾ। ਹੁਣ ਜੇ ਆਪਾਂ ਖੇਤਰਫਲ ਫਾਈਂਡ ਆਊਟ ਕਰਾਂਗੇ, ਖੇਤਰਫਲ ਦੀ ਕੰਡੀਸ਼ਨ ਸਾਡੇ ਕੋਲ ਕਿੰਨੀ ਗਿਵਨ ਹੈ? ਅੱਛਾ, ਬਾਈ ਦਾ ਵੇ ਇਹ ਯਾਦ ਰੱਖੋ ਕਿ ਇਹ 270 ਸੈਂਟੀਮੀਟਰ ਹੈ, ਨਾ ਕਿ 27 ਹੈ, ਕਿਉਂਕਿ 27 ਤਾਂ ਕਿਸੇ ਕੰਡੀਸ਼ਨ ਤੇ ਬਣ ਨਹੀਂ ਸਕਦਾ। ਤੇ ਜੇ ਮੈਂ ਏਰੀਏ ਦੀ ਗੱਲ ਕਰਦਾ ਹਾਂ, ਏਰੀਏ ਦੀ ਗੱਲ ਕਰਦਾ ਹਾਂ, ਤਾਂ 1/2 ਬੇਸ ਇੰਟੂ ਕਿਆ ਆਏਗਾ, ਹਾਈਟ ਹੈ 1/2। ਦੇਖੋ ਬੇਸ ਕਿੰਨਾ ਹੈ ਸਾਡੇ ਕੋਲੇ, 12x, ਕਿੰਨਾ ਹੈ ਜੀ 12x, ਹਾਈਟ ਕਿੰਨੀ ਹੈ ਸਾਡੇ ਕੋਲੇ 5x, ਬੱਚੇ ਕਿੰਨਾ ਹੈ ਜੀ 5x, ਤਾਂ ਖੇਤਰਫਲ ਕਿੰਨਾ ਆ ਜਾਏਗਾ ਸਾਡੇ ਕੋਲੇ, ਬਰਾਬਰ 270, ਕਿੰਨਾ ਆ ਗਿਆ 270। ਤਾਂ ਆਪਾਂ 2 ਨਾਲ ਕੱਟ ਕਰਾਂਗੇ 6, ਤੇ 5 ਤੇ 6 ਕਿੰਨਾ ਹੋ ਗਿਆ 30x, 30x ਦੀ ਵੈਲਿਊ ਕਿੰਨੀ ਆ ਗਈ 270। ਠੀਕ ਹੈ, 0 ਨਾਲ 0 ਕੱਟ ਦਈਏ, 3 × 1 = 3 ਤੇ 3 × 3 = ਕਿੰਨਾ 9, ਤਾਂ x ਸਕੁਅਰ ਦੀ ਵੈਲਿਊ ਕਿੰਨੀ ਆ ਗਈ 9, x ਦਾ ਸਕੁਅਰ ਹਟਾਵਾਂਗੇ ਤਾਂ 9 ਰੂਟ ਦੇ ਵਿੱਚ ਆ ਗਏ, ਤਾਂ x ਦੀ ਵੈਲਿਊ ਕਿੰਨੀ ਆ ਗਈ 3। ਇਹਦਾ ਮਤਲਬ ਹੈ ਤੇ 3 ਦਾ ਮਤਲਬ ਹੋ ਗਿਆ ਕਿ ਇਸ x ਨੂੰ ਅਗਰ ਆਪਾਂ ਹਟਾਵਾਂਗੇ ਤਾਂ ਕਿੰਨਾ ਹੋ ਜਾਏਗਾ 5 × 3 = 15, ਇਹਦਾ ਮਤਲਬ ਹੋ ਗਿਆ 12 × 3 = 36, ਇਹਦਾ ਮਤਲਬ ਹੋ ਗਿਆ 13 × 3 = 39, ਯਾਨੀ 39 ਸੈਂਟੀਮੀਟਰ ਰਹੀ ਹੋਏਗੀ। ਤਾਂ ਆਪਸ਼ਨ ਨੰਬਰ ਏ ਬਿਲਕੁਲ ਕਰੈਕਟ ਆਨਸਰ ਹੈ। ਕਿਆ ਗੱਲ ਕਰਦੇ ਹਾਂ, ਹਨਾ ਪ੍ਰਿਯੰਕਾ, ਵੈਰੀ ਗੁੱਡ ਆਨਸਰ ਹੈ। ਹੇਮਾ ਵੈਰੀ ਗੁੱਡ ਹੈ, ਗੁਰਸੇਵ ਸਿੰਘ ਜੀ ਵੈਰੀ ਗੁੱਡ ਹੈ, ਤੇ ਪਵਨ ਸੰਧੂ, ਠੀਕ ਹੈ, ਪਵਨਦੀਪ ਸੰਧੂ ਤੇ ਨਿਸ਼ਾਨ ਕਾਲੋਂ, ਹਨਾ ਕਿਆ ਬਾਤ ਹੈ। ਅੱਛਾ, ਜੇ ਤੁਸੀਂ ਕੁੰਡੇ ਘੋਟੇ ਵਾਲੀਆਂ ਮਿਰਚਾਂ ਮੁਰਚਾਂ ਖਾਓਗੇ ਨਾ ਤਾਂ ਤੁਹਾਨੂੰ ਹੋਰ ਵੀ ਮੈਥ ਬਹੁਤ ਵਧੀਆ ਆਊਗੀ, ਹੋਰ ਵੀ ਬੜੀ ਤਕੜੀ ਮੈਥ ਹੋਣੀ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਸਕਰੀਨਸ਼ੋਟ ਮੇਰੇ ਨਾਲ ਲੈਂਦੇ ਜਾਇਆ ਕਰੋ, ਬਹੁਤ ਬੜੇ ਇੰਪੋਰਟੈਂਟ ਤਰੀਕੇ ਨਾਲ ਹੈ, ਬੜੇ ਅੱਛੇ ਤਰੀਕੇ ਨਾਲ ਹੈ। ਅੱਛਾ, ਮੈਂ ਨਾ ਤੁਹਾਨੂੰ ਬੜੀ ਸਕਸੈਸ ਸਟੋਰੀ ਸੁਣਾਉਣਾ, ਥੋੜ੍ਹੀ ਜਿਹੀ ਤੁਹਾਨੂੰ ਜਾਣਕਾਰੀ ਦਿੰਦਾ। ਨਾਮ ਹੈ ਹਰਮੀਤ ਕੌਰ, ਹਰਮੀਤ ਕੌਰ, ਜਿਨ੍ਹਾਂ ਨੇ ਰੀਸੈਂਟਲੀ ਪੰਜਾਬ ਦਾ BLO ਐਗਜ਼ਾਮ, ਜਦੋਂ 168 ਪੋਸਟਾਂ ਨਿਕਲੀਆਂ ਸੀ ਨਾ ਲਾਸਟ ਈਅਰ ਦੇ ਵਿੱਚ, ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ, ਤਾਂ ਉਹਦੇ 'ਚ ਜਿਹੜਾ ਇੰਡਸਟਰੀ ਅਤੇ ਫੈਕਟਰੀ ਐਕਟ ਵਗੈਰਾ ਸੀਗਾ, ਅਤੇ ਉਹਦਾ ਕੋਈ ਮਤਲਬ ਡਾਇਰੈਕਟਲੀ ਸਿਲੇਬਸ ਨਹੀਂ ਸੀਗਾ ਵੀ ਆਪਾਂ ਕਹਿ ਦਈਏ, ਅਸੀਂ ਵੀ ਬਹੁਤ ਪ੍ਰਯਾਸ ਕੀਤਾ, ਬਟ ਉਸ ਸਟੂਡੈਂਟ ਦੀ ਸਟੋਰੀ ਇਹ ਸੀਗੀ ਕਿ ਉਸਨੇ ਕੋਈ ਮਹਾਰਾਸ਼ਟਰ ਦਾ ਕੋਈ ਚੈਨਲ ਵਗੈਰਾ ਸੀਗਾ ਜਿਹਦੇ 'ਤੇ ਨਾ ਫੈਕਟਰੀ ਐਕਟ ਵਗੈਰਾ ਕੁਛ ਇਸ ਤਰੀਕੇ ਦਾ ਪੜ੍ਹਾਇਆ ਹੋਇਆ ਸੀਗਾ, ਅਤੇ ਨੋਟਸ ਕਿਤੋਂ ਮਿਲ ਨਹੀਂ ਰਹੇ ਸੀਗੇ, ਉਸਨੇ ਕਲਾਸਾਂ ਲਾਉਣੀਆਂ ਸ਼ੁਰੂ ਕਰਤੀਆਂ, ਅਤੇ ਜਿਵੇਂ ਸਕਰੀਨਸ਼ੋਟ ਲੈਣੇ ਸ਼ੁਰੂ ਕਰਦੇ ਵੀ ਕਲਾਸਾਂ ਲਾ ਕੇ, ਜਿਵੇਂ ਯੂਟਿਊਬ ਤੋਂ ਸਕਰੀਨਸ਼ੋਟ ਲੈ ਲਏ, ਉਹਨਾਂ ਸਕਰੀਨਸ਼ੋਟ ਦੇ ਉਸਨੇ ਇਮੇਜਸ ਦੇ PDF ਬਣਾਉਣੇ ਸ਼ੁਰੂ ਕਰਦੇ, ਔਰ PDF ਬਣਾ ਬਣਾ ਕੇ ਉਹਨੇ ਨੋਟ ਆਊਟ ਕਰਦੇ ਰਹੇ, ਪ੍ਰੈਕਟਿਸ ਕਰਦੇ ਗਏ, ਕਿਉਂਕਿ ਜਿਹਦੇ ਕੋਲ ਸੋਰਸਿਸ ਦੀ ਕਮੀ ਹੈ, ਔਰ ਕਹਿੰਦੇ ਆ ਨਾ ਕਿ ਜਿਸਨੇ ਬਣਨਾ ਹੈ ਉਸ ਲਈ ਧੁੱਪ, ਛਾਂ, ਭੁੱਖ, ਪਿਆਸ, ਇਹ ਅੜਦੀਆਂ ਨਹੀਂ ਵਿਚਾਰੇ, ਕਿਉਂ ਨਾ ਜਿੰਨੇ ਵੀ ਕਾਮਯਾਬ ਲੋਕ ਹੈ ਤੁਸੀਂ ਦੇਖੋਗੇ, ਜਿਨ੍ਹਾਂ ਦੇ ਕਦੀ ਇੰਟਰਵਿਊ ਵੀ ਦੇਖੋ, ਗੱਲ ਕਰਕੇ ਦੇਖੋ, ਉਹਨਾਂ ਦੀਆਂ ਮੁਸ਼ਕਲਾਤਾਂ ਸਾਈਡ 'ਤੇ ਹੋ ਜਾਂਦੀਆਂ, ਕਿਉਂਕਿ ਅੱਗੇ ਨਿਕਲਣਾ ਤਾਂ ਮੁਸ਼ਕਲਾਤਾਂ ਸਾਈਡ 'ਤੇ ਕਰਨੀਆਂ ਪੈਣੀਆਂ। ਅਤੇ ਮੈਂ ਇਹੀ ਕਹਿੰਦਾ ਸੀਗਾ ਵੀ ਨੋਟਸ ਤਾਂ ਦੇਖੋ ਮਿਲਣੇ ਨਹੀਂ, ਜਾਂ ਤਾਂ ਸੈਲਫ ਨੋਟਸ ਬਣਾਓ ਜਾਂ ਫਿਰ ਸਕਰੀਨਸ਼ੋਟ ਲੈਣੇ ਸ਼ੁਰੂ ਕਰ ਦਿਓ। ਅਤੇ ਸਕਰੀਨਸ਼ੋਟ ਲੈ ਲਿਆ ਕਿ ਮੈਨੂੰ ਅੱਜ ਵੀ ਉਸ ਬੱਚੇ ਦੀ ਯਾਦ ਆ ਗੱਲ ਕਿ ਅੱਜ ਉਹ BLO ਹੈ, ਚੰਗੀ ਪੋਸਟ 'ਤੇ ਹੈ, ਔਫਿਸਰ 'ਤੇ ਹੈ, ਠੀਕ ਹੈ। ਤਾਂ ਉਹਨੇ ਆਪਣੇ ਨੋਟਸ ਬਣਾ ਲਏ ਸੀ, ਆਪਣੇ PDF ਬਣਾ ਲਏ ਸੀ, ਉਸ 'ਤੇ ਪ੍ਰਿੰਟ ਕਰ ਲਿਆ ਸੀਗਾ, ਔਰ ਐਗਜ਼ਾਮ ਤੋਂ ਜਾਣ ਤੋਂ ਪਹਿਲਾਂ ਮੈਂ ਚੰਗੀ ਤਰ੍ਹਾਂ ਪੜ੍ਹ ਲਿਆ, ਅਤੇ ਵਧੀਆ ਨੰਬਰ ਆਏ ਸੀ, ਟੌਪ ਵਧੀਆ ਕੈਟ ਨੰਬਰ ਆਏ ਸੀਗੇ, ਹੈ ਨਾ।
ਤੇ ਇਹੀ ਸਵਾਲ PTE+B PYQ ਹੈ। ਤੇ ਜੇ ਮੈਂ ਹੁਣ ਤੁਹਾਨੂੰ ਇੱਥੇ ਕਹਿ ਦਾਂ ਕਿਤਾਬ ਬਣਾ ਕੇ ਮੈਥ ਦੀ ਮੈਂ ਤੁਹਾਡੇ ਐਵੇਂ ਪੈਸੇ ਬਰਬਾਦ ਕਰਾਂ, ਵੇਸਟ ਕਰਾਂ, ਮੈਂ ਕਹਾਂ ਨਹੀਂ ਨਹੀਂ ਜੀ ਮੇਰੀ ਤਾਂ ਕਿਤਾਬ ਹੈ ਜੀ 700-800 ਦੀ ਲੈ ਲਓ, ਕੀ ਫਾਇਦਾ? ਕਿਉਂ ਪੰਜਾਬ ਦੇ ਲੋਕਾਂ ਦਾ, ਵੈਸੇ ਵਿਚਾਰਿਆਂ ਦਾ ਖੂਨ ਤਾਂ ਤੁਹਾਡਾ ਵੈਸੇ ਸੁੱਕਿਆ ਪਿਆ, ਤੁਹਾਡੇ 'ਚ ਪਤਾ ਨਹੀਂ ਕੋਈ 2-3 ਗ੍ਰਾਮ ਬਚਿਆ, ਮੱਚੇ ਪਏ ਹੋ ਤੁਸੀਂ ਮਤਲਬ ਇਸ ਤਰੀਕੇ ਨਾਲ, ਕਿਉਂਕਿ PTE+B ਵਾਲਿਆਂ ਨੇ ਚੂਸ ਲੈਣਾ ਜੋਕਾਂ ਵਾਂਗੂ ਐਂ ਕਰ ਕਰਕੇ, ਹੈ ਨਾ? ਦੇਖੋ ਕਿਸ ਕੈਸਾ ਹਾਲ ਹੈ, ਜੇ ਇਗਜ਼ਾਮ ਦੀਆਂ ਡੇਟਾਂ ਵੀ ਪ੍ਰੈਸ਼ਰ ਪਾ ਕੇ ਕਢਾਉਣੀਆਂ ਪੈਂਦੀਆਂ, ਫਿਰ ਆਪਾਂ ਨੂੰ ਰਿਜ਼ਲਟ ਵਾਸਤੇ ਫਿਰ ਦੇਖਣਾ ਪਊਗਾ। ਜਿਵੇਂ ਨਾ ਪੰਜਾਬੀਆਂ ਦੀ ਕਹਾਵਤ ਹੈ, ਕਹਿੰਦੇ ਕਿ ਉੱਠ ਦੇ ਬੁੱਲ ਵੰਨੀ ਦੇਖੀ ਜਾਣਾ, ਹੈ ਨਾ? ਉੱਠ ਦੇ ਬੁੱਲ ਵੰਨੀ ਝਾਕਣਾ ਮਤਲਬ ਵੀ ਉੱਠ ਤਾਂ ਵੱਡਾ ਹੈ, ਉੱਚਾ ਹੁੰਦਾ, ਉਹਦੇ ਬੁੱਲ ਵੰਨੀ ਦੇਖੀ ਜਾਓ ਵੀ ਉਹਦੇ ਨਹੀਂ ਦੇਖੀ ਜਾਓ, ਸਮਝ ਗਏ? ਵੀ ਦੇਖੋ ਕੈਸਾ ਟਾਈਮ ਆ ਗਿਆ ਹੈ ਨਾ ਆਪਣੇ ਤੇ, ਵੀ ਮੇਰੇ ਹਿਸਾਬ ਨਾਲ ਆਪਾਂ ਨੂੰ ਨਾ ਕਿਸੇ ਵੀ ਹਾਲਾਤ ਵਾਸਤੇ ਅੱਗੇ ਭਿੜਨ ਵਾਸਤੇ ਪਹਿਲਾਂ ਮਾਨਸਿਕ ਤੌਰ ਤੇ ਕਿੰਨੇ ਸਟਰੋਂਗ ਬਣ ਰਹੇ ਹਾਂ। ਔਰ ਇਸੇ ਕਰਕੇ ਦੇਖੋ ਆਪਾਂ ਨੂੰ ਟੈਨਸ਼ਨਾਂ ਵੀ ਪੈ ਰਹੀਆਂ, ਸਿਰ ਚਿੱਟੇ ਹੋਣ ਲੱਗ ਜਾਂਦੇ ਆਪਣੇ ਸੋਚ ਸੋਚ ਕੇ, ਵੈਸੇ ਘਰਾਂ ਦੀਆਂ ਟੈਨਸ਼ਨਾਂ ਬਥੇਰੀਆਂ ਹੁੰਦੀਆਂ, ਹੁਣ ਪੇਪਰਾਂ ਦੀਆਂ ਡੇਟ ਵੀ ਆਪਾਂ ਨੂੰ ਕਢਾਉਣੀਆਂ ਪੈਂਦੀਆਂ, ਰੌਲਾ ਪਾ ਪਾ ਕੇ ਮਿੰਨਤਾਂ ਕਰ ਕਰਕੇ, ਆਪਣਾ ਤਾਂ ਆਹ ਹਾਲ ਹੋ ਗਿਆ ਭਾਈ, ਓਏ ਦੇ ਦਿਓ, ਓਏ ਦੇ ਦਿਓ, ਓਏ ਤੁਹਾਡੇ ਪੈਰ ਫੜਦੇ ਆ, ਹੈ ਨਾ? ਤੇ ਇਸ ਤਰੀਕੇ ਨਾਲ ਤੇ ਚੀਜ਼ਾਂ ਪਤਾ ਨਹੀਂ, ਇਸ ਕਰਕੇ ਆਪਾਂ ਨੂੰ ਮਜ਼ਬੂਤ ਬਣਨਾ ਪੈਣਾ ਹੈ, ਸ਼ਾਇਦ ਆਪਾਂ ਨੂੰ ਪੱਥਰ ਦਿਲ ਬਣਨਾ ਪੈਣਾ, ਔਰ ਮੇਰੇ ਹਿਸਾਬ ਨਾਲ ਲੱਖਾਂ ਲੱਖਾਂ ਦੇ ਵਿੱਚੋਂ ਤੁਸੀਂ ਬਣੋਗੇ ਪੱਥਰ ਦਿਲ ਦੇ ਲੋਕ। ਬਾਕੀ ਤਾਂ ਕਈ ਤਾਂ ਵਿਚਾਰੇ ਐਡੇ ਹੌਸਲਾ ਛੱਡ ਕੇ ਨਾ ਇੱਕਦਮ ਛੱਡੋ ਜੀ ਕਿਹੜਾ ਪੜ੍ਹਨਾ, ਫਿਰ ਉਹ ਵਿਚਾਰੇ ਹੁਣ ਪਿੱਛੇ ਡਿੱਗ ਪੈਣ, ਉਹਨਾਂ ਨੂੰ ਕੌਣ ਸਮਝਾਵੇ ਕਿ ਚਲੋ ਕੁਛ ਨਹੀਂ ਹੁੰਦਾ, ਘੰਟੇ 2 ਘੰਟੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਦੇਖੋ 24 ਘੰਟੇ ਨਾ ਜੇ ਆਪਾਂ ਦੁਖੀ ਮਨਾਈ ਜਾਵਾਂ ਕਿਸੇ ਚੀਜ਼ ਦੇ ਵਿੱਚ ਤਾਂ ਉਹ ਇੱਦਾਂ ਹੀ ਨਿਕਲ ਜਾਣੇ ਆ। ਔਰ 7 ਦਿਨ ਹਿਊਮਨ ਨੇਚਰ ਹੈ, ਹਿਊਮਨ ਟੈਂਡੈਂਸੀ ਹੈ ਇਹ ਕਿ ਤੁਸੀਂ 7 ਦਿਨ ਕਿਸੇ ਵੀ ਕੰਮ ਨੂੰ ਕਰਨਾ ਸ਼ੁਰੂ ਕਰ ਦਿਓ। ਐਗਜ਼ਾਮਪਲ ਤੁਸੀਂ ਬਹੁਤ ਸਿੰਪਲ ਹੋ, ਤੁਸੀਂ 7 ਦਿਨ ਦਾਰੂ ਪੀਣਾ ਸ਼ੁਰੂ ਕਰ ਦਿਓ, ਤੁਹਾਡਾ ਮਨ ਦਾਰੂ ਨਹੀਂ ਕਰੂਗਾ। ਜੇ ਤੁਸੀਂ ਦਾਰੂ ਪੀਂਦੇ ਹੋ ਤਾਂ ਤੁਸੀਂ ਰੱਬ ਦਾ ਧਿਆਨ ਦੇਣਾ ਸ਼ੁਰੂ ਕਰ ਦਿਓ, ਤੁਹਾਨੂੰ ਰੱਬ ਉਹ ਰੱਬ ਤੁਹਾਨੂੰ ਇਹੀ ਹੋਊਗਾ ਯਾਰ ਯਾਰ ਮੈਂ ਤਾਂ ਨਾ ਕੁਛ ਨਾ ਛੱਡ ਸਭ ਛੱਡ ਕੇ ਗੁਰਬਾਣੀ ਸੁਣਾ ਮੈਂ, ਹੈ ਨਾ? ਤੁਸੀਂ 7 ਦਿਨ ਕਿਸੇ ਮੰਦਿਰ ਮਸਜਿਦ ਗੁਰਦੁਆਰਾ ਸਾਹਿਬ ਕਿਤੇ ਵੀ ਜਾਓ, ਤੁਹਾਡਾ ਨੈਚੁਰਲ ਹਿਊਮਨ ਟੈਂਡੈਂਸੀ, ਤੁਹਾਡਾ ਮਾਇੰਡ ਨਾ ਉਸ ਚੀਜ਼ ਨੂੰ ਕਲਿੱਕ ਕਰੇਗਾ। ਜੇਕਰ ਆਪਾਂ ਨੂੰ ਧੋਖਾ ਧਾਖਾ ਚੀਟ ਚੂਟ ਹੋਈ ਹੈ ਉਸ ਜ਼ੋਨ ਚੋਂ ਬਾਹਰ ਆਉਣਾ ਸਿਰਫ 7 ਦਿਨ ਲਈ, 7 ਦਿਨ ਲਈ ਤੁਸੀਂ ਸਭ ਕੁਛ ਬੰਦ ਕਰ ਦਿਓ, ਫੋਨ ਫਾਨ ਸਵਿੱਚ ਆਫ ਕਰ ਦਿਓ, ਔਰ ਸਿੰਪਲ ਸਿਰਫ ਮੇਰੀਆਂ ਕਲਾਸਾਂ ਦੇਖੋ, ਮੈਂ ਤੁਹਾਡੇ ਵੈਸੇ ਦੁੱਖੜੇ ਭੁਲਾ ਦੇਣੇ ਆ, ਠੀਕ ਹੈ? ਤੁਹਾਡਾ ਡੋਲੂ ਮਾਂਜਾ ਜਾਊਗਾ, ਨਹੀਂ ਤਾਂ ਮੈਂ ਬਾਰ ਬਾਰ ਕਹਿੰਦਾ ਇਹਨਾਂ ਨੂੰ ਨੋਟ ਕਰ ਲਓ, ਤੁਹਾਨੂੰ ਬਾਅਦ 'ਚ ਨਹੀਂ ਕੋਈ ਕਹਿਣਾ, ਤੁਸੀਂ ਯਾਦ ਕਰੋਗੇ ਜ਼ਿੰਦਗੀ 'ਚ ਵੀ ਡੋਲੂ ਵਾਲਾ ਮਾਸਟਰ ਹੈ ਨਾ, ਤੁਹਾਡਾ ਪਰਛਾ ਮਾਂਜਾ ਜਾਣਾ, ਤੁਹਾਡਾ ਕਿਸੇ ਨੇ ਨਹੀਂ ਪੁੱਛਣਾ, ਠੀਕ ਹੈ? ਇਹ ਗੱਲ ਯਾਦ ਰੱਖਿਓ। ਹਾਂ, ਤੇ ਦੂਸਰੀ ਗੱਲ ਮੈਂ ਤੁਹਾਨੂੰ ਕਹਿ ਦਿੰਦਾ, ਆਪਣਾ ਦੇਖੋ ਸਮਾਂ ਕਿਵੇਂ ਹੈ ਕਿ 27-28 ਸਾਲ ਤੱਕ ਤਾਂ ਵੈਸੇ ਕੱਢਤੇ ਆਪਾਂ, ਵਿੱਚ ਫਿਰ ਕਈ ਵਾਰੀ ਕਲਾਕਾਰਾਂ ਨਾਲ ਆਪਾਂ ਉਹ ਮੇਰਾ ਐਂ ਕਰਕੇ, ਉਸ ਤੋਂ ਬਾਅਦ ਇੱਧਰੋਂ ਆ ਪੇਪਰਾਂ ਦੀਆਂ ਡੇਟਾਂ ਆਈਆਂ, ਤਾਂ ਇਸ ਤੋਂ ਪਹਿਲਾਂ ਤਾਂ ਇਹੀ ਹੁੰਦਾ ਸੀ ਵੀ 4 ਸਾਲ ਮਤਲਬ ਕੋਈ ਮੁੱਖ ਮੰਤਰੀ ਆਪਣੇ ਮਹਿਲ 'ਚ ਬੈਠਾ, ਉਹਨਾਂ ਨੂੰ ਕੀ ਲੈਣਾ ਦੇਣਾ, ਵਿਚਾਰੇ PTET ਨੂੰ ਕੁੱਟਤੇ, ਡਾਂਗਾ ਡੂੰਗਾ ਮਾਰਤੀਆਂ ਇਹਨਾਂ ਦੇ, ਕਦੇ ਵਿਚਾਰੇ ETT ਵਾਲੇ ਭੜਕਾ ਤੇ, ਹੈ ਨਾ? ਇਹਨਾਂ ਦੇ ਸੀ ਆਪਣੇ ਵਰਗੇ ਬੰਦੇ ਸੀ, ਜਿਵੇਂ ਆਪਾਂ ਤਾਂ ਵੈਸੇ ਪੋਸਟਾਂ ਨਹੀਂ ਆਉਂਦੀਆਂ ਸੀ SS ਬੋਰਡ 'ਚ, ਜੇ ਆ ਗਈਆਂ ਸਟਾਫ ਦੇ ਬੰਦੇ ਫਿੱਟ ਕਰ ਲਏ, ਹੈ ਨਾ? ਪਿੱਛੇ ਵਿਧਾਨ ਸਭਾ 'ਚ ਕਾਂਗਰਸ ਦੇ ਟਾਈਮ 'ਤੇ ਕੀ ਹੋਇਆ ਸੀਗਾ, ਉਹਨਾਂ ਨੇ ਆਪਦੇ ਬੰਦੇ ਸੈੱਟ ਸੁੱਟ ਕਰਤੇ ਸੀ, ਵਿੱਚ ਚਲੋ ਰੋਲ ਗਦੋਲ ਜਿਹਾ ਹੋ ਗਿਆ, ਚਲੋ ਇਸ ਟਾਈਮ ਦੇ ਵਿੱਚ ਚਲੋ ਨਿਕਲੀਆਂ, ਤਾਂ ਫਿਰ ਹੁਣ ਉਹ ਪੰਗਾ ਹੈ ਕਿ ਭਾਈ ਓਏ ਮੈਂ ਤਾਂ ਸੱਚ ਦੱਸਾਂ, ਮੈਂ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਪਾਠ ਕਰਦਾ ਮੈਂ ਤਾਂ ਇਹ ਮੰਗਦਾ ਵਾਹਿਗੁਰੂ ਜੀ ਤੁਸੀਂ ਕੁਛ ਨਹੀਂ ਬੱਚਿਆਂ ਦੀਆਂ ਡੇਟਾਂ ਕਢਾ ਦਿਓ, ਇਹ ਪੇਪਰ ਟਾਈਮ 'ਤੇ ਕਰਾ ਦਿਓ, ਵਾਹਿਗੁਰੂ ਜੀ ਇਹੀ ਚੀਜ਼ ਹੈ, ਕਿਉਂਕਿ ਆਪਾਂ ਮੰਗਦੇ ਹੈ, ਹੈ ਨਾ? ਪਹਿਲਾਂ ਹੁੰਦਾ ਸੀਗਾ ਕਿ ਪੇਪਰ ਉਹ ਅੰਦਰ ਕਰਤੇ ਸੈੱਟ ਹੋ ਜਾਂਦੇ ਸੀ, ਕਈਆਂ ਦੇ ਫਾਰਮ ਭਰ ਕੇ ਕੈਂਸਲ, ਮੈਨੂੰ ਅੱਜ ਵੀ ਯਾਦ ਹੈ 50 ਪੋਸਟਾਂ ਨਿਕਲੀਆਂ ਸੀ ਸਿੱਖਿਆ ਵਿਭਾਗ ਦੇ ਵਿੱਚ ਕਲਰਕ ਦੀਆਂ, ਉਹਨਾਂ ਦੀ ਫੀਸ ਹੀ ਨਹੀਂ ਪੁੱਠੀ ਆਈ ਮੇਰੇ ਸਾਹ, ਉਹ ਲਿਸਟ ਵੀ ਆਈ ਸੀ SS ਉਹਦੀ ਸਿੱਖਿਆ ਵਿਭਾਗ ਦੀ ਵੈਬਸਾਈਟ ਦੀ, ਪਈ ਹੈ ਕਿੰਨੇ ਬੰਦਿਆਂ ਦੀ, ਪਤਾ ਨਹੀਂ 500-500 ਹਜ਼ਾਰ, SC ST ਦੀ 500 ਰੁਪਇਆ ਸੀ, ਜਨਰਲ ਦੀ 1000 ਰੁਪਇਆ ਫੀਸ ਸੀ, ਔਨ ਐਨ ਐਵਰੇਜ 700-800 ਰੁਪਇਆ ਲਾ ਲਓ, ਮਤਲਬ ਵਿੱਚ ਹੀ ਹੋ ਗਿਆ ਕੰਮ ਦਰੜ ਕੇ ਵਿੱਚ ਹੀ, ਤਾਂ ਚਲੋ ਰੱਬ ਦੀ ਮਰਜ਼ੀ ਹੈ ਕਿੱਥੇ, ਹੈ ਨਾ? ਕੋਈ ਗੱਲ ਨਹੀਂ, ਤੁਸੀਂ ਹੌਸਲਾ ਹੀ ਰੱਖੋ, ਚੰਗਾ ਕੰਮ ਹੋ ਜਾਣਾ। ਚਲੋ ਫਿਰ ਆ ਜਾਓ ਅੱਗੇ, ਆ ਜਾਓ ਕਰਾਂ।
ਅਗਲਾ ਸਵਾਲ ਹੈ, ਕਹਿੰਦਾ ਬੇਸ ਹੈ 15 ਸੈਂਟੀਮੀਟਰ ਹੈ ਤੇ ਹਾਈਟ ਇਹਦੀ 12 ਸੈਂਟੀਮੀਟਰ ਹੈ, ਜੇਕਰ ਇਹਦੀ ਹਾਈਟ ਨੂੰ ਆਪਾਂ ਅਨਦਰ ਟ੍ਰਾਇੰਗਲ ਦੇ ਡਬਲ ਕਰ ਦਈਏ ਤਾਂ ਤਕਰੀਬਨ ਬੇਸ ਇਹਦਾ ਬਣ ਜਾਂਦਾ ਇੰਨਾ। ਠੀਕ ਹੈ, ਮੇਰਾ ਪੀਐਸ ਟੈਟ 100 ਨੰਬਰ ਆ ਗਏ ਸਰ ਜੀ, 18 ਈਅਰ ਓਲਡ। ਉਹ ਬੱਲੇ ਤੇਰੇ ਨਜ਼ਾਰੇ ਲਿਆਤੇ, ਫਿਰ ਤਾਂ ਪੀਟੈਟ ਪਾਸ ਹੋ ਗਿਆ ਭਾਈ, ਲੱਡੂ ਲੁੱਡੂ ਭੇਜਦੇ ਸਾਨੂੰ ਵੀ ਹੈ। ਆਹ ਮੇਰੇ ਚੈਂਪੀਅਨ ਕਿੰਨੇ ਜਣੇ ਨੇ, ਸਾਰਿਆਂ ਵਾਸਤੇ ਲੱਡੂ ਭੇਜ ਦਿਓ। ਲਾਅ ਆਫ ਅਟਰੈਕਸ਼ਨ ਹੁੰਦਾ ਸਰ, ਕਿਸ ਬਾਰੇ ਸੋਚਾਂਗੇ ਉਹੀ ਲਾਈਫ 'ਚ ਹੁੰਦਾ। ਬਿਲਕੁਲ ਠੀਕ ਹੈ ਜੀ, ਚਲੋ ਅਗਲਾ ਕੁਐਸਚਨ ਕਰਦੇ ਹਾਂ। ਕੁਐਸਚਨ ਨੰਬਰ ਤੁਹਾਡੀ ਸਕਰੀਨ 'ਤੇ ਇਹ ਹੈ, ਦੱਸੋ ਜੀ ਫਟਾਫਟ ਦੱਸੋ, ਬੇਸ ਹੈ ਟ੍ਰਾਇੰਗਲ ਦਾ ਤੁਹਾਡੇ ਕੋਲ 15 ਸੈਂਟੀਮੀਟਰ ਹੈ ਅਤੇ ਉਹਦਾ ਹਾਈਟ ਹੈਗੀ 12 ਸੈਂਟੀਮੀਟਰ ਹੈ, ਤਾਂ ਮੈਨੂੰ ਦੱਸੋ ਜੀ ਫਟਾਫਟ ਕੁਐਸਚਨ ਦਾ ਆਂਸਰ ਦੇ ਦਿਓ, ਜਲਦੀ ਜਲਦੀ ਮੈਨੂੰ ਆਂਸਰ ਦੇ ਦਿਓ। ਕਹਿੰਦਾ ਬੇਸ ਆਫ ਏ ਟ੍ਰਾਇੰਗਲ 15 ਸੈਂਟੀਮੀਟਰ, ਹਾਈਟ 12 ਸੈਂਟੀਮੀਟਰ ਹੈ, ਠੀਕ ਹੈ, ਅਤੇ ਕਹਿੰਦਾ ਕਿ ਜਿਹੜਾ ਸਾਡੇ ਕੋਲ ਅਨਦਰ ਹੈ ਨਾ ਉਹ ਬੇਸਿਕਲੀ ਡਬਲ ਦਾ ਏਰੀਆ ਆਫ ਹੈਵਿੰਗ, ਤਾਂ ਤੁਸੀਂ ਦੱਸੋ ਜੀ ਕਿੰਨਾ ਆਂਸਰ ਆਊਗਾ। ਇਹ ਕੁਐਸਚਨ ਬੜਾ ਇੰਪੋਰਟੈਂਟ ਹੈ, ਬਹੁਤ ਜ਼ਿਆਦਾ ਖੂਬਸੂਰਤ ਹੈ। 9, 18, 8 ਜਾਂ ਕਿੰਨਾ ਆਂਸਰ ਆਊਗਾ, ਜਲਦੀ ਜਲਦੀ ਪਲੀਜ਼, ਜਲਦੀ ਜਲਦੀ ਕੁਇਕਲੀ ਆਂਸਰ ਕਰੋ। ਦ ਅਨਦਰ ਟ੍ਰਾਇੰਗਲ ਆਫ ਡਬਲ ਦਾ ਏਰੀਆ ਹੈਵਿੰਗ ਦਾ ਬੇਸ 20 ਸੈਂਟੀਮੀਟਰ ਹੈ। ਤੋ ਮਾਈ ਡੀਅਰ ਪਲੀਜ਼ ਟੈਲ ਮੀ ਦ ਆਂਸਰ, ਵਟ ਇਜ਼ ਦਾ ਐਗਜੈਕਟਲੀ ਆਂਸਰ ਵਿਲ ਬੀ ਕੈਰੀ ਹੇਅਰ, ਕਿਤਨਾ ਕਿਤਨਾ ਆਂਸਰ ਆਏਗਾ ਕਲੀਆ। ਠੀਕ ਹੈ, ਜਲਦੀ ਸੇ ਬਤਾਓਗੇ ਮੈਨੂੰ, ਠੀਕ ਹੈ। ਕਿਆ ਗੱਲ ਕਰਦੇ ਹੋ ਜੀ, ਕਿਆ ਗੱਲ ਕਰਦੇ ਹੋ, ਚਲੋ ਜੀ ਆ ਜਾਓ ਬਈ। ਹੁਣ ਇਹਨੂੰ ਕਿਵੇਂ ਆਂਸਰ ਕਰਨਾ ਹੈ ਆਪਾਂ, ਬੜਾ ਇੰਪੋਰਟੈਂਟ ਜਿਹਾ ਸਵਾਲ ਹੈ ਔਰ ਨਿੱਕਾ ਜਿਹਾ ਸਵਾਲ ਹੈ ਤੇ ਜਲਦੀ ਜਲਦੀ ਇਹਨੂੰ ਹੱਲ ਵੀ ਕਰ ਸਕਦੇ ਹਾਂ ਆਪਾਂ। ਕੁਐਸਚਨ ਇਹ ਗੱਲ ਕਹਿੰਦਾ ਹੈ ਕਿ ਇਸ ਤਰੀਕੇ ਦਾ ਸਾਡੇ ਕੋਲ ਕਿਆ ਹੈ, ਇੱਕ ਇਸ ਤਰੀਕੇ ਦਾ ਇੱਕ ਟ੍ਰਾਇੰਗਲ ਹੈ ਐਂ ਕਰਕੇ ਹੈ, ਤੇ ਇੱਕ ਕਹਿੰਦਾ ਇੱਥੇ ਟ੍ਰਾਇੰਗਲ ਹੈ ਐਂ ਕਰਕੇ, ਠੀਕ ਹੈ। ਦੋ ਟ੍ਰਾਇੰਗਲ ਹੈ ਬਾਬੇ ਇਹ, ਠੀਕ ਹੈ। ਇਹ ਕਹਿੰਦਾ ਕਿ ਇਹਦੇ ਵਿੱਚ ਇਹਦਾ ਬੇਸ ਕਿੰਨਾ ਹੈ, ਬੇਸ ਹੈ ਕਹਿੰਦਾ 15 ਸੈਂਟੀਮੀਟਰ, ਇਹ ਬੇਸ ਹੈ 15 ਸੈਂਟੀਮੀਟਰ, ਤੇ ਕਹਿੰਦਾ ਜੀ ਹਾਈਟ ਕਿੰਨੀ ਹੈ 12 ਸੈਂਟੀਮੀਟਰ, ਠੀਕ ਹੈ ਜੀ ਇਸ ਤਰੀਕੇ ਨਾਲ। ਕਹਿੰਦਾ ਦੂਸਰੇ ਦੀ, ਕਹਿੰਦਾ ਦੂਸਰੇ ਦਾ ਬੇਸ ਕਿੰਨਾ ਹੈ, 20 ਸੈਂਟੀਮੀਟਰ ਹੈ, ਕਿੰਨਾ ਬੇਸ ਇਹਦਾ 20 ਸੈਂਟੀਮੀਟਰ ਹੈ। ਤਾਂ ਅਗਰ ਆਪਾਂ ਇਹਦਾ ਏਰੀਆ ਕਰਾਂਗੇ ਤਾਂ 1/2 ਹੈ, ਤੇ ਕੀ ਲਿਖ ਦਾਂਗੇ ਆਪਾਂ ਇੱਥੇ, 1/2 ਹੈ, 12 × ਕੀ ਲਿਖ ਦਾਂਗੇ 15, ਤੇ ਇਹਦਾ ਏਰੀਆ ਕਿੰਨਾ ਹੋ ਜਾਏਗਾ, 1/2 ਹੈ, ਤੇ 20 × ਕੀ ਲਿਖ ਦਾਂਗੇ ਜਿਹੜਾ ਫਾਈਂਡ ਕਰਨਾ ਹੈ। ਬਸ ਇੰਨੀ ਜੀ ਗੱਲ ਹੈ, ਠੀਕ ਹੈ ਜੀ। ਹਾਂਜੀ ਉਹ ਕੀ ਕੁਛ ਗੱਲਾਂ ਕਰ ਗਏ ਵਿੱਚ, ਤੁਸੀਂ ਮਿਹਣੇ ਮੂਹਣੇ ਜੇ ਮਾਰਿਆ ਨਾ ਕਰੋ ਮੈਨੂੰ, ਠੀਕ ਹੈ। ਹਾਂਜੀ ਇਹਨੂੰ ਹੁਣ ਆਪਾਂ ਆਹ ਬਸ ਆਹ ਗੱਲ ਧਿਆਨ ਰੱਖੋ, ਕਹਿੰਦਾ ਹਾਈਟ ਆਫ ਅਨਦਰ ਟ੍ਰਾਇੰਗਲ ਇਜ ਡਬਲ ਦਾ ਏਰੀਆ ਹੈਵਿੰਗ, ਤਾਂ ਇਹ ਸਾਡੇ ਕੋਲ ਕਿੰਨਾ ਹੋ ਜਾਏਗਾ, ਡਬਲ ਹੋ ਜਾਏਗਾ, ਠੀਕ ਹੈ। ਤਾਂ ਆਪਾਂ 1/2 ਨਾਲ 1/2 ਕੱਟ ਦਿਓ, 2 ਨਾਲ ਕੱਟ ਕਰਾਂਗੇ ਸਾਡੇ ਕੋਲ ਕਿੰਨਾ ਆ ਜਾਏਗਾ, 10 ਆ ਜਾਏਗਾ, ਤੇ ਇਹਨੂੰ ਆਪਾਂ ਜੇ ਕੱਟ ਕਰਾਂਗੇ 5 × 3 = 15 ਤੇ 5 × 2 ਕਿੰਨਾ ਆ ਗਿਆ, 10 ਆ ਗਿਆ ਤੁਹਾਡੇ ਕੋਲ, ਤੇ ਜੇ ਇਹਨੂੰ ਆਪਾਂ ਕੱਟ ਕਰਾਂਗੇ ਸਾਡੇ ਕੋਲ ਕਿੰਨਾ ਆ ਜਾਏਗਾ, 6 ਆ ਜਾਏਗਾ, ਠੀਕ ਹੈ। ਤਾਂ 6 × 3 ਕਿੰਨਾ ਆ ਜਾਏਗਾ ਸਾਡੇ ਕੋਲ, 18, ਤਾਂ ਬੇਸਿਕਲੀ ਇਹ 18 ਸੈਂਟੀਮੀਟਰ ਆ ਗਿਆ ਇਸ ਦੇ ਬਰਾਬਰ, ਤਾਂ ਇਹੀ ਸਾਡਾ ਆਂਸਰ ਹੋਏਗਾ ਆਪਸ਼ਨ ਨੰਬਰ ਬੀ, ਕਰੈਕਟ, ਕੋਈ ਦਿੱਕਤ ਤਾਂ ਨਹੀਂ ਹੈ, ਠੀਕ ਹੈ। ਸਹੀ ਗੱਲ ਕੀਤੀ ਕਿ ਚੰਨ ਗਿਫਟ ਵਿੱਚ ਦੇਣਾ ਹੀ ਬਹੁਤ ਦੂਰ ਬਹੁਤ ਹੈ। ਅੱਛਾ ਜੀ, ਅਗਲਾ ਕੁਐਸਚਨ ਕਰਦੇ ਹਾਂ ਜੀ। 18 ਸਾਲ ਦੇ ਮਿਹਨਤ ਕਰਦੇ ਆ ਅਗਲੇ, ਇਹ ਨਹੀਂ ਹੁੰਦਾ ਹੈਗਾ ਤੁਹਾਡੇ ਵੱਲੋਂ। ਪ੍ਰਸ਼ਨ ਅਗਲਾ ਹੈ ਕਿ ਨਾ ਸਾਈਡ ਆਫ ਅ ਟ੍ਰਾਇੰਗਲ ਹੈਵਿੰਗ 700 ਕਿੰਨਾ ਹੈ, ਸਾਈਡ ਆਫ ਅ ਟ੍ਰਾਇੰਗਲ ਹੈਵਿੰਗ ਵਾਟ ਇਜ਼ ਦਿਸ 776 ਸੈਂਟੀਮੀਟਰ ਸਕੁਅਰ ਇਨ ਦਾ ਰੇਸ਼ੀਓ 3:4:5 ਦਾ ਪੈਰਾਮੀਟਰ ਆਫ ਅ ਟ੍ਰਾਇੰਗਲ ਵੁੱਡ ਬੀ। ਜਲਦੀ ਤੁਸੀਂ ਆਨਸਰ ਕਰੋ ਬਈ, ਜਲਦੀ ਜਲਦੀ ਆਨਸਰ ਦਿਓ। ਕਹਿੰਦਾ 777 ਸੈਂਟੀਮੀਟਰ ਹੈ। ਇਹ ਕੁਐਸਚਨ ਸਾਡਾ PSSB ਫਿਸ਼ਰੀਜ਼ ਐਗਜ਼ਾਮ ਹੋਇਆ ਸੀ, ਫਿਸ਼ਰੀਜ਼ 2021 ਦੇ ਵਿੱਚ 22 ਦੇ ਵਿੱਚ ਪੇਪਰ ਹੋਇਆ ਸੀਗਾ, ਉਹਦੇ 'ਚ ਦੱਸੋ ਜੀ ਕੁਐਸਚਨ ਦਾ ਆਨਸਰ ਕਿੰਨਾ ਆਉਣਾ ਚਾਹੀਦਾ ਹੈ। ਹਾਂਜੀ
ਦੱਸੋ ਜੀ, ਔਰ ਨੋਟ ਡਾਊਨ ਕਰਿਓ ਕਿਹਨੂੰ ਆਪਾਂ ਗਿਫਟ ਵਿੱਚ ਕਿਤਾਬ ਦੇਵਾਂਗੇ ਵੀ, ਜਿਹਦਾ ਆਂਸਰ ਸਹੀ ਆਊਗਾ, ਜਿਸਦਾ ਆਂਸਰ ਠੀਕ ਆਊਗਾ ਗਿਫਟ ਵਿੱਚ ਉਸਨੂੰ ਕਿਤਾਬ ਮਿਲੇਗੀ, ਔਰ ਜਿਹਨੂੰ ਕਿਤਾਬ ਦਿੱਤੀ ਉਹਦੀ ਪੁੱਠੀ ਵੀ ਮੰਗਾ ਸਕਦੇ ਹਾਂ ਫਿਰ ਅਸੀਂ, ਜਿਹਨੇ ਗਲਤ ਆਂਸਰ ਦਿੱਤੇ। ਮਨੀਸ਼ ਮਹਾਜਨ ਸਾਹਿਬ ਜੀ, ਸਵਾਲ ਤੇ ਧਿਆਨ ਦਿਓ, ਡੋਲੂ ਮਾਂਜਿਆ ਜਾਊਗਾ ਨਹੀਂ ਤਾਂ। ਹਾਂਜੀ ਬਾਈ, ਹਾਂਜੀ ਬਾਈ, ਹਾਂਜੀ ਹਾਂਜੀ, ਆ ਜਾਓ ਕਰਾ ਜਾਓ। ਦੇਖੋ ਕੀ ਆਂਸਰ ਕਰਾਂਗੇ ਆਪਾਂ, ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ ਕਿ ਸਾਡੇ ਕੋਲ 3x, ਦੇਖੋ ਇਹ ਹੋ ਗਿਆ ਸਾਡੇ ਕੋਲ 3, 4 ਤੇ 5 ਹੈ, ਇਹਨੂੰ ਬੋਲਾਂਗੇ ਆਪਾਂ 3x, ਇਹ 4x ਤੇ ਕਿੰਨਾ ਹੋ ਜਾਏਗਾ 5x, ਠੀਕ ਹੈ ਜੀ। ਤਾਂ ਅਗਰ ਆਪਾਂ ਏਰੀਆ ਕਰਾਂਗੇ ਤਾਂ 1/2 ਤੇ ਕੀ ਲਿਖਾਂਗੇ, ਬੇਸ ਇੰਟੂ ਹਾਈਟ ਲਿਖਾਂਗੇ। ਹੁਣ ਦੋ ਜਿਹੜੀਆਂ ਛੋਟੀਆਂ ਸਾਈਡ ਹੈ ਉਹੀ ਸਾਡੇ ਕੋਲ ਬਣਨਗੀਆਂ, ਇਹ 3x ਹੋ ਗਿਆ ਤੇ ਇਹ 4x ਹੋ ਗਿਆ, ਦੋ ਨਾਲ ਕੈਂਸਲ ਕਰਾਂਗੇ, 2x ਤੇ 3 × 6 ਸੈਂਟੀਮੀਟਰ ਸਕੁਅਰ ਸਾਡਾ ਕੀ ਬਣੇਗਾ, ਏਰੀਆ ਬਣੇਗਾ। ਹੁਣ ਕੁਐਸਚਨ ਦੇ ਵਿੱਚ ਸਾਨੂੰ ਗਿਵਨ ਹੈ ਕਿ ਕਹਿੰਦਾ ਕਿ ਏਰੀਆ ਆਫ ਬਲਕਿ ਦਿ ਸਾਈਡ ਆਫ ਅ ਟ੍ਰਾਇੰਗਲ ਹੈਵਿੰਗ ਏਰੀਆ, ਅੱਛਾ ਏਰੀਆ ਆਲਰੇਡੀ ਗਿਵਨ ਹੈ ਬੱਚੇ, 6x ਸਕੁਅਰ ਬਰਾਬਰ ਕਿੰਨਾ ਆ ਗਿਆ 7776 ਹੈ, ਤਾਂ ਸਾਡੇ ਕੋਲ ਕੀ ਆ ਜਾਏਗਾ, 6 ਨਾਲ ਕੈਂਸਲ ਕਰ ਲਾਂਗੇ, 12 × 6 = 72 ਹੈ, ਕਿੰਨੇ ਬਚ ਗਏ ਸਾਡੇ ਕੋਲ 5 ਹੈ, 9 × 6 = 54 ਹੈ, ਕਿੰਨੇ ਬਚ ਗਏ 3 ਹੈ, 6 × 6 = 36 ਹੈ। x ਦੀ ਵੈਲਿਊ ਕੱਢਾਂਗੇ ਤਾਂ 1296 ਰੂਟ ਵਿੱਚ ਆ ਜਾਣੇ ਆ, ਤਾਂ x ਦੀ ਵੈਲਿਊ ਸਾਡੇ ਕੋਲ ਕਿੰਨੀ ਆ ਜਾਣੀ ਹੈ, ਹਾਂਜੀ 1296 36 ਦਾ ਹੁੰਦਾ ਹੈ ਨਾ, 36 ਦਾ, 36 ਦਾ ਆ ਜਾਏਗਾ। ਇਹਦਾ ਮਤਲਬ ਇਹ ਹੋ ਗਿਆ ਕਿ ਸਾਡੇ ਕੋਲ ਆ 3x ਨਾ ਹੋ ਕੇ 36 ਦੀ ਆ ਕਿੰਨਾ 96 ਹੈ, ਠੀਕ ਹੈ, ਆਹ ਸਾਡੇ ਕੋਲ ਕਿੰਨਾ ਹੋ ਜਾਏਗਾ, 36 × 4 36 × 64 128 36 ਹੈ ਨਾ, 72 × 144 ਆਊਗਾ, ਇਹ ਕਿੰਨਾ 144 ਹੈ, ਤੇ ਇਹ ਸਾਡੇ ਕੋਲ 36 × 5 = 180 ਹੈ। ਜੇਕਰ ਪੈਰਾਮੀਟਰ ਦੀ ਗੱਲ ਕਰਦੇ ਹਾਂ ਬੱਚੇ, 96 + 144 + 180 ਇਨ ਸਭ ਕੋ ਜੋੜ ਦੇਗੇ ਤਾਂ ਕਿੰਨਾ ਆ ਜਾਏਗਾ ਸਾਡੇ ਕੋਲ, 0 ਹੈ, ਤੇ 8 ਤੇ 4 = 12, 12 ਤੇ 9 ਕਿੰਨਾ ਹੈ, 21, ਤੇ 1 = 22 ਹੈ, ਤੇ 2 ਤੇ ਕਿੰਨਾ ਹੋ ਗਿਆ, 3 ਹੈ। ਆਂਸਰ ਆ ਨਹੀਂ ਰਿਹਾ ਇੱਥੇ ਤਾਂ, ਕੁਛ ਗੜਬੜ ਹੈ। 36 ਸੈਂਟੀਮੀਟਰ ਛੱਤੀ ਦੂਣਾ 72 ਤੇ 36 = 96 36 × 144 36 × 5 = 180 ਚੈੱਕ ਕਰੋ ਬਈ, 10 8 ਤੇ 4 12 13 ਤੇ 8 22 21 ਤੇ 1 22 ਬਚ ਗਏ 2 2 ਤੇ 2 4 400 ਕਿੰਨੇ ਹੈ, 432 ਬਣਦੇ ਕਿ 420 ਬਣਦੇ ਆ, ਹਾਂ ਜੋੜਨ 'ਚ ਗਲਤੀ ਹੋ ਗਈ ਸੀ, ਗੁਰਵੀਰ ਸਿੰਘ ਕਹਿੰਦਾ ਸਰ ਜੋੜਨ 'ਚ ਗਲਤੀ ਹੋ ਗਈ, 144 180 ਤੇ 90 ਕਿੰਨੇ ਹੈ, 296, ਅੱਛਾ ਬਾਬੇ, ਅਤੇ ਆਪਾਂ ਲਿਖ ਲੈਂਦੇ 11 ਤੇ 1 22 ਫਿਰ 400 ਕਿੰਨੇ ਬਣਦੇ ਆ, ਦੱਸੋ ਜੀ 36 1296 36 ਕੀ ਆਂਸਰ ਹੋਣਾ ਚਾਹੀਦਾ ਸਾਡੇ ਕੋਲ, ਕੁਐਸਚਨ ਦਾ ਆਂਸਰ ਮਤਲਬ ਇਹ ਕੋਈ ਸਾਈਡਾਂ ਚੇਂਜ ਕਰਕੇ ਦਾ ਪੈਰਾਮੀਟਰ ਆਫ ਟ੍ਰਾਇੰਗਲ ਕਿੰਨਾ ਬਣਨਾ ਚਾਹੀਦਾ, 270 ਕਿੰਨਾ ਬਣੇਗਾ, ਆਪਸ਼ਨ ਹੀ ਗਲਤ ਪਾ ਰੱਖਿਆ ਹੈ, ਚਲੋ
432 ਸੈਂਟੀਮੀਟਰ ਹੋ ਗਿਆ, ਇਹ 6x ਹੋ ਗਿਆ, ਠੀਕ ਹੈ ਪੈਰਾਮੀਟਰ। ਚਲੋ ਜੀ ਬਾਈ ਚੈੱਕ ਕਰਕੇ ਦੱਸੋ ਗਲਤੀ ਕਿੱਥੇ ਰਹਿ ਰਹੀ ਹੈ, ਗਲਤੀ ਕਿੱਥੇ ਰਹਿ ਰਹੀ ਹੈ ਸਾਰੇ ਸਟੂਡੈਂਟ ਦੱਸੋ। 108 ਆਏਗਾ, 36 ਵਾਲਾ, 36 ਚੌਕਾ, 36 ਚੌਕਾ, ਅੱਛਾ ਠੀਕ ਹੈ ਬਾਈ, ਓਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। 36 ਇੰਟੂ 3 ਬਰਾਬਰ 72 ਤੇ 108 ਹੋ ਗਿਆ ਹਨਾ। ਚਲੋ ਠੀਕ ਹੈ, ਪਹਿਲਾਂ ਦੱਸਣਾ ਸੀ, ਚਲੋ ਵੀ ਫਿਰ ਫਟਾਫਟ ਸਾਡੇ ਕੋਲ ਕੈਲਕੂਲੇਟ ਕਰ ਲਓ ਤੇ ਆਂਸਰ ਆਪਣਾ ਆ ਗਿਆ, ਆਂਸਰ ਆਪਣਾ ਆ ਗਿਆ ਰਾਈਟ 8 × 4 = 12 ਹਨਾ। ਠੀਕ ਹੈ ਜੀ, 432 ਹੋ ਗਿਆ, 432 ਹੋ ਗਿਆ, ਓਕੇ ਜੀ ਓਕੇ, ਫਿਰ ਓਕੇ ਕਲੀਅਰ ਹੈ। ਅਗਲੇ ਸਵਾਲ ਤੇ ਚੱਲਦੇ ਹਾਂ ਆਪਾਂ, ਨੈਕਸਟ ਕੁਐਸਚਨ ਹੈ, ਅਗਲਾ ਕੁਐਸਚਨ ਹੈ ਆਪਣੇ ਸਕਰੀਨ ਤੇ ਇਹ ਕਹਿੰਦਾ ਹਾਈਪੋਟੈਨੀਅਸ ਆਫ ਰਾਈਟ ਐਂਗਲ ਟ੍ਰਾਇੰਗਲ 39 ਸੈਂਟੀਮੀਟਰ ਹੈ ਤੇ ਕਹਿੰਦਾ ਡਿਫਰੈਂਸ ਕਹਿੰਦਾ ਅਦਰ ਦੋ ਸਾਈਡਾਂ ਨਾਲ 21 ਸੈਂਟੀਮੀਟਰ ਹੈ ਤਾਂ ਇਹਦਾ ਏਰੀਆ ਕਿੰਨਾ ਰਿਹਾ ਹੋਏਗਾ। ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਾਡੇ ਕੋਲ ਰਾਈਟ ਐਂਗਲ ਟ੍ਰਾਇੰਗਲ ਹੈ ਨਾ, ਰਾਈਟ ਐਂਗਲ ਟ੍ਰਾਇੰਗਲ ਇਸ ਤਰੀਕੇ ਦਾ ਰਾਈਟ ਐਂਗਲ ਟ੍ਰਾਇੰਗਲ ਡਿਜ਼ਾਈਨ ਕਰ ਲਓ। ਇਹ ਕੁਐਸਚਨ ਕਿਹੜੇ ਐਗਜ਼ਾਮ 'ਚ ਆਇਆ ਹੋਇਆ, ਇਹ ਕੁਐਸਚਨ ਪੀ ਟ੍ਰਿਪਲ ਐਸ ਬੀ ਜੇਲ ਵਾਰਡਨ ਦੇ ਐਗਜ਼ਾਮ 'ਚ ਆਇਆ ਸੀਗਾ, ਪਿਛਲੇ ਸਾਲ ਹੋਇਆ ਸੀਗਾ 22 ਦੇ ਵਿੱਚ ਪੇਪਰ। ਦੱਸੋ ਜੀ, ਹਾਂ ਬਿਲਕੁਲ ਠੀਕ ਹੈ ਦੀਕਸ਼ਾ ਜੀ, ਮੈਂ ਸਮਝ ਗਿਆ, ਉਹ ਆਪਣਾ ਮੇਰਾ ਕੈਲਕੂਲੇਸ਼ਨ ਹੀ ਗਲਤ ਸੀਗਾ, ਨਥਿੰਗ ਐਟ ਆਲ। ਚਲੋ ਜੀ ਕੁਐਸਚਨ ਹੈ ਕਿ ਹਾਈਪੋਟੈਨੀਅਸ ਸਾਡੇ ਕੋਲ ਕਿੰਨਾ ਹੈ, 39 ਸੈਂਟੀਮੀਟਰ ਹੈ ਰਾਈਟ ਐਂਗਲ ਟ੍ਰਾਇੰਗਲ ਦਾ ਤੇ ਜਿਹੜੀਆਂ ਦੋ ਸਾਈਡਾਂ ਦਾ ਡਿਫਰੈਂਸ ਹੈ ਨਾ ਉਹ ਸਾਡੇ ਕੋਲ ਕਿੰਨਾ ਹੈ, 21 ਹੈ। ਚਲੋ ਜੀ ਦੇਖੋ ਐਗਜ਼ਾਮੀਨਰ ਨੇ ਕੀ ਕੀਤਾ, ਕਹਿੰਦਾ ਹਾਈਪੋਟੈਨੀਅਸ ਕਹਿੰਦਾ 39 ਹੈ, ਅਗਰ ਮੰਨ ਲਓ ਕਿ ਇਹ ਸਾਡੇ ਕੋਲ 5 ਸੈਂਟੀਮੀਟਰ ਹੈ, ਇਹ ਸਾਡੇ ਕੋਲ 12 ਸੈਂਟੀਮੀਟਰ ਹੈ, ਇਹ ਸਾਡੇ ਕੋਲ 13 ਸੈਂਟੀਮੀਟਰ ਹੈ, ਇਹਦਾ ਉਹਨੇ 3 ਗੁਣਾ ਜ਼ਿਆਦਾ ਕਰਕੇ ਕਿੰਨਾ ਦਿੱਤਾ, 39 ਦਿੱਤਾ, ਠੀਕ ਹੈ। ਕਹਿੰਦਾ ਇਹਨਾਂ ਦੋਵਾਂ ਦਾ ਡਿਫਰੈਂਸ ਕਿੰਨਾ, ਟੈਕਨੀਕਲੀ ਕਿੰਨਾ ਡਿਫਰੈਂਸ ਆ ਰਿਹਾ, 7, ਤੇ ਇਹਦਾ ਮਤਲਬ ਹੈ 7 ਦਾ ਵੀ 3 ਗੁਣਾ ਨੇ ਅੰਤਰ ਦੇ ਕੇ ਕਿੰਨਾ ਬਣਾਤਾ, 21, ਰਾਈਟ ਹੈ। ਤਾਂ ਫਿਰ ਇਹਦਾ ਮਤਲਬ ਇਹ ਵੀ 3 ਟਾਈਮ ਜ਼ਿਆਦਾ ਹੋਏਗਾ ਤਾਂ 12 × 36 ਸੈਂਟੀਮੀਟਰ ਹੋਣਾ ਚਾਹੀਦਾ, ਤਾਂ ਬੱਚੇ ਇਹ ਵੀ 3 ਟਾਈਮ ਜ਼ਿਆਦਾ ਹੋਏਗਾ ਤਾਂ ਕਿੰਨਾ ਹੋਏਗਾ, 5 × 15 ਹੋਣਾ ਚਾਹੀਦਾ। ਸਮਝ ਪਾ ਰਹੇ ਹੋ ਮੇਰੀ ਗੱਲ ਨੂੰ, ਕਿੰਨਾ ਹੋਏਗਾ, 15 ਹੋਏਗਾ। ਹੁਣ ਸਵਾਲ 'ਚ ਨੇ ਕੀ ਪੁੱਛਿਆ ਕਿ ਏਰੀਆ ਆਫ ਦਾ ਟ੍ਰਾਇੰਗਲ ਆ ਜਾਏਗਾ ਸਾਡੇ ਕੋਲ 1/2 ਹੈ, ਬੇਸ ਇੰਟੂ ਕਿਆ ਆ ਜਾਏਗਾ, ਹਾਈਟ ਹੈ 1/2, ਬੇਸ ਕਿੰਨਾ ਹੈ ਤੁਹਾਡੇ ਕੋਲ, 21 ਹੈ ਤੇ ਹਾਈਟ ਕਿੰਨੀ ਹੈ, 15 ਹੈ, ਠੀਕ ਹੈ 36 ਹੈ, 36 ਹੈ ਤਾਂ ਸਾਡੇ ਕੋਲ ਕੈਂਸਲ ਕਰ ਦਿਓ 18 ਹੈ, ਤਾਂ 18 × ਮਲਟੀਪਲਾਈ ਕਰ ਲਓ, ਤੁਹਾਡਾ ਆਂਸਰ ਫਟਾਫਟ ਆ ਜਾਣਾ 2 × 70 = 50 4 × 50 = 45, ਠੀਕ ਹੈ। ਦੱਸੋ ਬਈ ਕਿੰਨਾ ਆਂਸਰ ਆਉਣਾ ਚਾਹੀਦਾ, ਕਿੰਨਾ ਆਂਸਰ ਆਉਣਾ ਚਾਹੀਦਾ, 81 ਆਂਸਰ ਆਉਣਾ ਚਾਹੀਦਾ ਜਾਂ ਕਿੰਨਾ ਆਂਸਰ ਆਊਗਾ, ਜਲਦੀ ਜਲਦੀ ਚੈੱਕ ਕਰੋ, ਫਟਾਫਟ ਚੈੱਕ ਕਰੋ, ਫਟਾਫਟ ਫਟਾਫਟ 270 ਆਂਸਰ, ਮੈਕਸੀਮਮ ਸਟੂਡੈਂਟ ਦਾ 270 ਤੇ ਜਾ ਰਿਹਾ, ਇਹਦਾ ਮਤਲਬ ਜੇ ਤੁਸੀਂ 270 ਦੇ ਰਹੇ ਹੋ ਤਾਂ ਪਰਫੈਕਟ ਆਂਸਰ ਹੈ। ਦੀਕਸ਼ਾ ਕਹਿ ਰਿਹਾ ਕਿ ਸਰ 15 × 36 ਤੁਹਾਨੂੰ 39 ਕਰ ਦਿਓ, ਵੈਰੀ ਗੁੱਡ, ਬਹੁਤ ਬੜੀਆ ਜੀ ਬਹੁਤ ਬੜੀਆ। ਅਗਲਾ ਕੁਐਸਚਨ ਐਕਸਾਈਜ਼ ਇੰਸਪੈਕਟਰ ਦੇ ਲਾਸਟ ਪੇਪਰ ਦੇ ਵਿੱਚ ਕੁਐਸਚਨ ਡਿਜ਼ਾਈਨ ਹੋਇਆ ਸੀਗਾ, ਸੋ ਪਲੀਜ਼ ਕੀਪ ਦਿਸ ਇਨ ਯੋਰ ਮਾਈਂਡ ਕਿ ਕਿੱਦਾਂ ਕਰਨਾ। 2018 ਦਾ ਪੇਪਰ ਸੀਗਾ, ਮੇਜਰ ਸੈਂਟੀਮੀਟਰ ਆਫ ਦਾ ਰਾਈਟ ਐਂਗਲ ਟ੍ਰਾਇੰਗਲ ਸਾਈਡਸ ਆਰ ਗਿਵਨ ਬਾਈ ਦਾ ਕੰਜੈਕਟਿਵ ਇੰਟੀਜਰਸ, ਦਾ ਏਰੀਆ ਦੱਸੋ ਕਿੰਨਾ ਹੋਏਗਾ। ਕਹਿੰਦਾ ਕਿ ਇੱਕ ਸਾਡੇ ਕੋਲ ਇਸ ਤਰੀਕੇ ਦਾ ਸਮਕੋਣ ਵਾਲੇ ਤਿਕੋਣ ਦੀਆਂ ਭੁਜਾਵਾਂ ਦੇ ਮਾਪ ਸੈਂਟੀਮੀਟਰ ਵਿੱਚ ਲਗਾਤਾਰ ਪੂਰਨ ਅੰਕਾਂ ਦੁਆਰਾ ਦਿੱਤੇ ਗਏ ਹਨ, ਤਾਂ ਇਸਦਾ ਖੇਤਰਫਲ ਕਿੰਨਾ ਹੋਏਗਾ, ਹਮੇਸ਼ਾ ਯਾਦ ਰੱਖਣਾ। ਦੇਖੋ ਲਗਾਤਾਰਤਾ ਦਾ ਮਤਲਬ ਪਤਾ ਕੀ ਹੈ, ਜਿਵੇਂ ਫਰਜ਼ ਕਰ ਲਓ ਇਸ ਨੂੰ ਕੰਸੀਡਰ ਕਰੋ, ਕਹਿੰਦਾ
ਇਹਨੂੰ ਕੰਸੀਡਰ ਕਰੋ 1 2 3 ਜਾਂ ਫਿਰ 2 3 4 ਜਾਂ ਫਿਰ 3 4 5 ਠੀਕ ਹੈ। ਤਾਂ ਅਗਰ ਮੈਂ ਇਸ ਬੇਸ ਤੇ ਕਰਾਂਗਾ ਤਾਂ ਇਹ ਮੇਰੇ ਕੋਲ ਰਾਈਟ ਐਂਗਲ ਟ੍ਰਾਇੰਗਲ ਨਹੀਂ ਬਣੇਗਾ, ਕਿਉਂਕਿ ਮੈਂ ਤੁਹਾਨੂੰ ਰਾਈਟ ਐਂਗਲ ਟ੍ਰਾਇੰਗਲ ਦੀ ਕੰਡੀਸ਼ਨ ਕੀ ਸਮਝਾਈ ਸੀਗੀ ਕਿ ਭਾਈ ਉਹਨਾਂ ਦੀਆਂ ਦੋ ਛੋਟੀਆਂ ਸਾਈਡਾਂ ਦਾ ਸਕੇਅਰ ਤੀਜੀ ਸਾਈਡ ਦੇ ਸਕੇਅਰ ਦੇ ਬਰਾਬਰ ਹੋਣਾ ਚਾਹੀਦਾ। ਤਾਂ ਸਾਡੇ ਕੋਲ ਆਹ ਵੀ ਕੰਸੀਡਰ ਨਹੀਂ ਹੋਏਗਾ। ਜੇ ਮੈਂ ਆਹ ਦੇਖਾਂਗਾ ਤਾਂ ਇਹ ਰਾਈਟ ਐਂਗਲ ਟ੍ਰਾਇੰਗਲ ਨੂੰ ਰੀਪ੍ਰਜੈਂਟ ਕਰਦਾ ਹੈ। ਤਾਂ ਜੇ ਮੈਂ ਏਰੀਆ ਕਰਾਂਗਾ ਤਾਂ ਮੈਂ ਲਿਖਾਂਗਾ 3 × 4 ਕੈਂਸਲ ਕੀਤਾ 2 ਕਿੰਨਾ ਹੋ ਗਿਆ 3 × 2 = 6 ਸੈਂਟੀਮੀਟਰ ਸਕੇਅਰ। ਤਾਂ ਆਪਸ਼ਨ ਨੰਬਰ 4 ਬਿਲਕੁਲ ਬਿਲਕੁਲ ਕੀ ਕਰੇਗਾ, ਵੈਰੀ ਕਰੇਗਾ। ਕਲੀਅਰ ਹੈ ਜੀ? ਕੋਈ ਡਾਊਟ ਕਿਸੇ ਬੱਚੇ ਨੂੰ? ਐਨੀਬਡੀ ਹੈਵ ਅ ਡਾਊਟ? ਕਲੀਅਰ ਹੈ? ਹਾਂਜੀ ਸਰ ਜੀ। 3 ਦਾ ਸਕੇਅਰ, 4 ਦਾ ਸਕੇਅਰ, 5 ਦਾ ਸਕੇਅਰ ਤੇ 6 ਦਾ ਸਕੇਅਰ। ਚਲੋ ਬਈ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਦੇਖਦੇ ਆ। ਦਿਸ ਵਨ ਗਿਵਨ, ਕੁਐਸਚਨ ਇਜ਼ ਸੇਇੰਗ ਕਿ ਗਿਵਨ ਦੈਟ ਦਾ ਰੇਸ਼ੀਓ ਆਫ ਐਲਟੀਟਿਊਡ ਆਫ ਦਾ 2 ਟ੍ਰਾਇੰਗਲਸ ਇਜ਼ 4:5, ratio of their areas 3:2, the rate of their corresponding base is, all good, ਬਿਲਕੁਲ ਠੀਕ ਹੈ। ਔਰ ਇਹ ਕੁਐਸਚਨ ਤੁਹਾਡਾ ਐਗਜ਼ਾਮਿਨਰ, ਹਾਂਜੀ ਵੈਟਨਰੀ ਇੰਸਪੈਕਟਰ ਦੇ ਐਗਜ਼ਾਮ ਦਾ ਕੁਐਸਚਨ ਹੈ। ਵੈਟਨਰੀ, ਰਿਪੀਟ ਸਰ, ਦੀਕਸ਼ਾ, ਲਾਸਟ ਵਾਲਾ ਕਿਹੜੇ ਗੱਲ ਕਰ ਰਹੇ ਹੋ? 6 ਸੈਂਟੀਮੀਟਰ, 3 4 5 ਪੇ ਕੰਸੀਡਰ ਕਰੋ। ਬੱਚੇ, ਰਾਈਟ ਐਂਗਲ ਟ੍ਰਾਇੰਗਲ ਦੀਆਂ ਸਭ ਤੋਂ ਕੰਜੈਕਟਿਵ ਸਾਈਡਾਂ 3 4 5 ਸੈਂਟੀਮੀਟਰ ਹੀ ਬਣਦੀਆਂ, ਸਭ ਤੋਂ ਛੋਟੀਆਂ। ਤਾਂ ਜੇਕਰ ਉਹਦਾ ਆਪਾਂ ਹਾਈਪੋਟੈਨਿਸ 5 ਰੱਖਾਂਗੇ, ਬੇਸ 3 ਰੱਖਾਂਗੇ, ਹਾਈਟ 4 ਰੱਖਾਂਗੇ, ਤਾਂ ਉਹਦਾ ਖੇਤਰਫਲ 6 ਸੈਂਟੀਮੀਟਰ ਆਏਗਾ। ਠੀਕ ਹੈ, ਹਾਂਜੀ। ਤਾਂ ਗਿਵਨ ਦਾ ਰੇਸ਼ੀਓ ਆਫ ਦਾ ਐਲਟੀਟਿਊਡ ਕਿੰਨਾ ਹੈ? 4 ਤੇ 5 ਹੈ, 15 ਤੇ 8 ਆਨਸਰ ਕਿਹਦਾ ਕਿਹਦਾ ਆ ਰਿਹਾ? ਵੈਰੀ ਗੁੱਡ, ਠੀਕ ਹੈ। ਜਿੰਨਾ ਜਿੰਨਾ ਦਾ ਆਨਸਰ ਸਾਡੇ ਕੋਲ ਆਪਸ਼ਨਸ ਆਰ ਗਿਵਨ। ਅੱਛਾ, ਇਹ ਕੁਐਸਚਨ ਹੀ ਗਲਤ ਇੰਟਰਪ੍ਰੇ, ਹਾਂ ਇੱਕ ਸੈਕਿੰਡ, ਜਰਾ ਇਸਕੋ ਮੈਂ ਅੱਗੇ ਚੇਂਜ ਕਰਤਾ ਹੂੰ, ਇਹ ਕੁਐਸਚਨ ਗਲਤ ਚੇਂਜ ਹੋ ਗਿਆ ਯਹਾਂ ਪੇ, ਗਲਤ ਸੈਟਅਪ ਹੋ ਗਿਆ। ਹਾਂ, ਇਫ ਦਾ ਰੇਸ਼ੀਓ ਆਫ ਦਾ 1:1 ਦਾ ਟ੍ਰਾਇੰਗਲ 3:4 ਤੇ 4:3 ਓਕੇ ਆਰ ਦੇਅਰ, ਦਾ ਮੇਜਰ ਇਨ ਦਾ ਐਲਟੀਟਿਊਡ ਆਫ 1:9 10 ਆਏ ਵਾਲੇ ਕਰੋ, ਪਹਿਲੇ ਪਹਿਲੇ ਵਾਲੇ ਕਰੋ, ਬਾਅਦ ਚ ਕਰਾਂਗੇ। ਦ ਲੈਂਥ ਆਫ ਦਾ 3 ਸਾਈਡ ਆਫ ਅ ਟ੍ਰਾਇੰਗਲ ਆਰ 1 - 2, ਠੀਕ ਹੈ। ਇਹ ਕੁਐਸਚਨ PSPCL 2017 ਦੀ ਸੀਰੀਜ਼ ਵਿੱਚ ਕੁਐਸਚਨ ਆਇਆ ਸੀਗਾ। ਸੋ ਪਲੀਜ਼ ਡੂ ਦਿਸ ਵਨ, ਇਸਕੋ ਕਰੇ ਆ ਕਿ ਆਪਣੇ ਪਾਸ ਅਗਰ ਕੋਈ ਵੀ ਇਸ ਤਰ੍ਹਾਂ ਦਾ ਕਿਆ ਹੈ, ਟ੍ਰਾਇੰਗਲ ਹੈ, ਰਾਈਟ ਐਂਗਲ ਟ੍ਰਾਇੰਗਲ ਹੈ, ਠੀਕ ਹੈ। ਕਹਿੰਦਾ ਕੁਐਸਚਨ ਕਹਿ ਰਿਹਾ ਕਿ ਅਗਰ ਇਹਦੀ ਸਾਈਡ ਸਾਡੇ ਕੋਲ x - 2 ਹੈ, ਦੂਸਰੀ ਸਾਈਡ ਸਾਡੇ ਕੋਲ ਕਿਆ ਹੈ, ਅਦਰ ਸਾਈਡ ਆਰ ਗਿਵਨ x ਸੈਂਟੀਮੀਟਰ ਹੈ, ਔਰ ਇੱਕ ਸਾਈਡ ਸਾਡੇ ਕੋਲ ਕਿੰਨੀ ਹੈ, x - 2 ਔਰ x + 2 ਇੱਕ ਸਾਈਡ ਗਿਵਨ ਹੈ, ਤਾਂ ਸਾਡੇ ਤੋਂ ਕੀ ਪੁੱਛਿਆ ਜਾ ਰਿਹਾ, ਤਾਂ ਏਰੀਆ ਪੁੱਛਿਆ ਜਾ ਰਿਹਾ, ਤਾਂ ਦੱਸੋ ਜੀ ਕਿੰਨਾ ਏਰੀਆ ਬਣੇਗਾ। ਬੜਾ ਸਿੰਪਲ ਜਿਹਾ ਕੁਐਸਚਨ ਹੈ, ਕੋਈ ਦਿੱਕਤ ਨਹੀਂ ਹੈ। ਸਭ ਤੋਂ ਛੋਟੀ ਸਾਈਡ ਇਹ ਰਹੇਗੀ, ਔਰ ਐਜ ਯੂ ਨੋ
ਕਿ ਆਪਾਂ ਐਕਸ ਮਾਈਨਸ ਰੱਖੀਏ ਪਲੱਸ ਰੱਖੀਏ, ਤੁਹਾਨੂੰ ਸਭ ਤੋਂ ਪਤਾ ਹੈ ਕਿ ਅਗਰ ਆਪਣੇ ਕੋਲ ਜਿਹੜੀਆਂ ਇਹ ਹੋ ਗਿਆ ਸਾਈਡਾਂ, ਤਿੰਨ ਸਾਈਡਾਂ ਹੈ, ਤਾਂ ਸਭ ਤੋਂ ਵੱਡੀ ਸਾਈਡ ਕਿਹੜੀ ਹੁੰਦੀ ਹੈ, ਯਾਨੀ ਵੱਡੀ ਸਾਈਡ ਕਿਹੜੀ ਹੁੰਦੀ ਹੈ, ਬਿਗੇਸਟ ਸਾਈਡ ਕਿਹੜੀ ਹੁੰਦੀ ਹੈ, ਹਾਈਪੋਟੈਨੀਅਸ। ਤਾਂ ਸਾਨੂੰ ਪਤਾ ਹੈ ਕਿ ਐਕਸ ਪਲੱਸ 2 ਰੱਖਣੀ ਪਏਗੀ ਔਰ ਇਹ ਐਕਸ ਮਾਈਨਸ 2 ਰੱਖਣੀ ਪਏਗੀ। ਠੀਕ ਹੈ ਜੀ, ਹਾਂਜੀ, ਤਾਂ ਜਲਦੀ ਜਲਦੀ ਆਨਸਰ ਦੱਸੋ ਜੀ, ਅਗਰ ਆਪਾਂ ਇਹਨਾਂ ਸਾਈਡਾਂ ਨੂੰ ਇਸ ਤਰੀਕੇ ਨਾਲ ਕੰਸੀਡਰ ਕਰਦੇ ਹਾਂ ਤਾਂ ਸਾਡਾ ਏਰੀਆ ਕਿੰਨਾ ਬਣੇਗਾ, ਦੱਸੋ ਜੀ। 1, 2, 3, 4, 5, 6, 7, 8, 9, 10 8 ਸੈਂਟੀਮੀਟਰ ਕਿਹੜਾ ਕਿਹੜੇ ਦਾ ਆਨਸਰ ਹੈ? 8 ਸੈਂਟੀਮੀਟਰ ਕਿਹਦਾ ਕਿਹਦਾ ਆਨਸਰ ਬੋਲਦਾ ਹੈ ਜੀ? 8 ਸੈਂਟੀਮੀਟਰ ਕਿਹਦਾ ਕਿਹਦਾ ਆਨਸਰ ਬੋਲਦਾ ਹੈ? 8 ਸੈਂਟੀਮੀਟਰ ਕਿਹਦਾ ਆਨਸਰ ਬੋਲਦਾ ਹੈ? ਬਿਲਕੁਲ ਠੀਕ ਹੈ ਜੀ, ਚੈੱਕ ਕਰੋ। ਵਿਵੇਕ ਸ਼ਰਮਾ ਕਹਿ ਰਿਹਾ ਕਿ ਬੀ ਆਨਸਰ ਹੈ ਜੀ, ਓਕੇ। ਟਿਵਾਣਾ ਸਾਹਿਬ ਜੀ ਪਹੁੰਚ ਰਹੇ, ਕਹਿੰਦੇ 8 ਸੈਂਟੀਮੀਟਰ ਆਨਸਰ ਆਊਗਾ, ਵੈਰੀ ਗੁੱਡ, ਬਹੁਤ ਵਧੀਆ ਜੀ, ਬਹੁਤ ਵਧੀਆ, 90 ਡਿਗਰੀ। ਹਾਂਜੀ, ਕੋਈ ਵੀ ਐਸੀ ਇੱਕ ਆਪਾਂ ਦੇਖੋ, ਇਹਦਾ ਮਤਲਬ ਪਤਾ ਕੀ ਹੋ ਗਿਆ, ਇਹਦਾ ਮਤਲਬ ਇਹ ਹੋ ਗਿਆ ਕਿ ਅਗਰ ਮੇਰੇ ਕੋਲ 3 ਸੈਂਟੀਮੀਟਰ ਹੈ, 4 ਸੈਂਟੀਮੀਟਰ ਹੈ, 5 ਸੈਂਟੀਮੀਟਰ ਹੈ, ਅਗਰ ਮੈਂ ਮੰਨ ਲਓ ਸਪੋਜ਼ ਜਦੋਂ 3 ਮੰਨਦਾ ਹੈ ਤਾਂ ਕੀ ਇਹਦੇ 'ਚੋਂ ਮੈਂ 2 ਘਟਾ ਦੇਵਾਂ ਤਾਂ ਮੇਰੇ ਕੋਲ 4 ਆ ਜਾਣਗੇ? ਬਿਲਕੁਲ ਵੀ ਨਹੀਂ ਆਉਣਗੇ। ਤਾਂ ਜੇ ਮੈਂ ਇਹਦਾ ਡਬਲ ਕਰ ਦਾਂਗਾ, ਮੇਰੇ ਕੋਲ ਹੋਗਾ 6, ਮੇਰੇ ਕੋਲ ਹੋਗਾ 8, ਤੇ ਮੇਰੇ ਕੋਲ ਕਿੰਨਾ ਹੋ ਗਿਆ? 10। ਠੀਕ ਹੈ, ਤਾਂ ਮੈਂ ਇਹਨੂੰ ਅਗਰ 6 ਸੈਂਟੀਮੀਟਰ ਰੱਖਦਾ ਹੈ ਤਾਂ 2, ਅਗਰ ਮੈਂ 6 'ਚੋਂ 2 ਘਟਾਊਂਗਾ ਤਾਂ ਮੇਰੇ ਕੋਲ ਕਿੰਨੇ ਆ ਜਾਣਗੇ ਇੱਥੇ? ਔਰ 6 ਦੇ ਵਿੱਚ ਆਪਾਂ 2 ਵਧਾ ਦਾਂਗੇ, ਮੇਰੇ ਕੋਲ ਕਿੰਨੇ ਆ ਜਾਣਗੇ? 8, 6 'ਚੋਂ 2 ਘਟਾਵਾਂਗੇ 4। ਤਾਂ ਇਸ ਤਰੀਕੇ ਨਾਲ ਤੁਸੀਂ ਰੀਪ੍ਰਜੈਂਟੇਸ਼ਨ ਦੇ ਸਕਦੇ ਹੋ ਸਵਾਲ ਦੀ। ਠੀਕ ਹੈ, ਇਹ ਸਾਡੇ ਕੋਲ ਐਕਸ। ਤਾਂ ਜਿਹੜੇ ਬੱਚੇ ਨੇ ਆਨਸਰ ਲਾਇਆ 8 ਸੈਂਟੀਮੀਟਰ, ਬਿਲਕੁਲ ਠੀਕ ਹੈ, ਸਭ ਤੋਂ ਬੇਸਿਕ ਜਿਹਾ ਕੁਐਸਚਨ ਹੈ, ਕੁਛ ਵੀ ਇਹਦੇ 'ਚ ਐਸਾ ਨਹੀਂ ਗਾ ਕਿ ਜਿਹੜਾ ਸਵਾਲ ਤੁਹਾਨੂੰ ਨਹੀਂ ਆਏਗਾ। ਠੀਕ ਹੈ, ਔਰ ਤੁਸੀਂ ਅਦਰਵਾਈਜ਼ ਇਹ ਵੀ ਪੁੱਟ ਅਪ ਕਰ ਸਕਦੇ ਹੋ, 9, 12 ਤੇ ਤੁਹਾਡੇ ਕੋਲ 15 ਹੋ ਗਿਆ, ਜੇ ਤੁਹਾਡੇ ਕੋਲ ਇਹ 12 ਹੈ ਤੇ ਇਹ 16 ਬੱਚੇ, ਕਿੰਨਾ ਆ ਜਾਏਗਾ? 20 ਆ ਜਾਏਗਾ। ਬਸ ਲਓ ਜੀ, ਸਮਝ ਆ ਗਿਆ? ਕਿਸੇ ਨੂੰ ਕੋਈ ਡਾਊਟ ਹੈ ਤਾਂ ਮੈਨੂੰ ਪਲੀਜ਼ ਕਮੈਂਟ ਕਰਕੇ ਦੱਸ ਦਿਓ। ਅਗਰ ਮੈਂ ਇਸ ਨੂੰ ਕਿੰਨਾ ਪੁੱਟ ਅਪ ਕਰਾਂ, ਅਗਰ ਮੈਂ ਇਹਨੂੰ 8 ਰੱਖ ਲੈਣਾ ਤਾਂ ਇਹ ਮੇਰੇ ਕੋਲ ਕਿੰਨਾ ਆ ਗਿਆ? 6 ਆ ਗਿਆ, ਤੇ ਇਹ ਮੇਰੇ ਕੋਲ ਕਿੰਨਾ ਆ ਗਿਆ? 10 ਆ ਗਿਆ, ਤੇ ਸਾਡੇ ਕੋਲ ਰਾਈਟ ਐਂਗਲ ਟ੍ਰਾਇੰਗਲ ਬਣ ਜਾਏਗਾ। ਤਾਂ ਇਹਨੇ ਸਾਨੂੰ ਕੀ ਪੁੱਛਿਆ? x ਦੀ ਵੈਲਿਊ ਲੱਭੋ, x ਦੀ ਵੈਲਿਊ ਕਿੰਨੀ ਆ ਗਈ? 8 ਆ ਗਈ, ਇਹਨਾਂ ਕਰਕੇ ਕੁਐਸਚਨ ਸੀਗਾ। ਗੁਰਵੀਰ ਸਿੰਘ, ਹਾਂਜੀ 8 ਆ ਜਾਏਗਾ। ਠੀਕ ਹੈ, ਸਾਰੀਆਂ ਚੀਜ਼ਾਂ ਬਹੁਤ ਬੇਸਿਕ ਜਿਹੀਆਂ, ਕੋਈ ਵੀ ਐਸੀ ਡਿਫਿਕਲਟੀਜ਼ ਨਹੀਂ ਹੈ, ਮੈਂ ਆਲਰੇਡੀ ਤੁਹਾਨੂੰ ਸਾਰੀਆਂ ਚੀਜ਼ਾਂ ਸਮਝਾ ਚੁੱਕਿਆ। 3 ਸਾਈਡਾਂ ਕਹਿੰਦਾ ਟ੍ਰਾਇੰਗਲ ਦੀਆਂ, ਆਫ ਇਹ ਕਹਿੰਦਾ 12, 15, 20 ਤੇ 25 ਸੈਂਟੀਮੀਟਰ ਹੈ। ਤਾਂ ਕਹਿੰਦਾ ਫਾਈਂਡ ਦਾ ਸ਼ੋਇੰਗ ਸੀਡਸ ਇਨ ਦਾ ਫੀਲਡ ਆਫ 5 ਰੁਪਏ ਪਰ ਸਕੁਆਇਰ ਮੀਟਰ ਦੇ ਹਿਸਾਬ ਨਾਲ ਹੈ। ਹੁਣ ਇਹ ਵਾਲਾ ਸਵਾਲ ਕਰਕੇ ਦੇਖੋ। ਨਹੀਂ ਨਹੀਂ ਇੰਨਾ, ਹਾਂ ਇੰਨਾ ਦੇਖੋ, ਬੇਸਿਕਲੀ ਗੁਰਵਿੰਦਰ ਸਿੰਘ ਜੀ ਤੁਸੀਂ ਕਰ ਵੀ ਸਕਦੇ ਹੋ, ਬਟ ਇੰਨਾ ਜ਼ਰੂਰਤ ਨਹੀਂ ਹੈ ਸਾਨੂੰ, ਅਸੀਂ ਵੈਸੇ ਡਾਇਰੈਕਟਲੀ ਪੁੱਟ ਅਪ ਕਰਕੇ ਦੇਖ ਸਕਦੇ ਹਾਂ। ਠੀਕ ਹੈ, ਹਰ ਚੀਜ਼ ਫਾਰਮੂਲੇ ਨਾਲ ਕਰਨ ਦੀ ਲੋੜ ਨਹੀਂ ਆਪਾਂ ਨੂੰ। ਰੇਸ਼ੀਓ ਆਫ ਐਲਟੀਟਿਊਡ, ਪਹਿਲੀ ਗੱਲ ਤਾਂ ਕਿਸੇ ਵੀ ਕੁਐਸਚਨ ਦੇ ਵਿੱਚ ਐਲਟੀਟਿਊਡ ਕਿਹਨੂੰ ਕਹਿੰਦੇ ਹੈ? ਹਾਈਪੋਟੈਨੀਅਸ। ਠੀਕ ਹੈ, ਬਰਾਬਰ ਆਪਾਂ ਲਵਾਂਗੇ ਐਲਟੀਟਿਊਡ ਮੀਡੀਅਨ ਨੂੰ, ਤਾਂ ਮੀਡੀਅਨ ਬਰਾਬਰ ਆਪਾਂ ਰੱਖਾਂਗੇ ਤਾਂ ਸਾਡੇ ਕੋਲ ਰੇਸ਼ੀਓ ਨਿਕਲ ਕੇ ਆ ਜਾਏਗਾ 4/3 ਦਾ, ਨੋਟ ਕੀ 3/4 ਹੈ। ਤਾਂ ਸਾਡੇ ਕੋਲ ਬੇਸ ਆ ਜਾਏਗਾ, ਕਿਸੇ ਦਾ 1 ਦਾ 16 ਤੇ 1 ਦਾ 9 ਆ ਜਾਏਗਾ, ਹਮੇਸ਼ਾ ਯਾਦ ਰੱਖਣਾ। ਆ ਜਾਓ, ਜਿਨ੍ਹਾਂ ਨੂੰ ਤਾਂ ਪਤਾ ਹੈ ਮੈਥ ਦਾ ਉਹ ਤਾਂ ਕਰ ਸਕਦੇ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦਾ ਹੱਥ ਟਾਈਟ ਹੈ, ਸਮਝ ਲਓ। ਸਾਡੇ ਕੋਲ ਪਹਿਲਾ ਟ੍ਰਾਇੰਗਲ ਇਹ ਹੈ। ਠੀਕ ਹੈ ਬੱਚੇ, ਹਾਈ ਦੇਖੋ, ਇਹ ਸਾਡੇ ਕੋਲ ਹੋ ਗਿਆ ਏ, ਬੀ ਤੇ ਸੀ, ਇਹ ਹੋ ਗਿਆ ਸਾਡੇ ਕੋਲ ਐਲਟੀਟਿਊਡ। ਕਹਿੰਦਾ ਅਗਰ ਆਹ 3 ਹੈ ਤਾਂ ਦੂਸਰੇ ਦੇ ਵਿੱਚ ਸਾਡੇ ਕੋਲ ਕਿੰਨਾ ਹੈ? ਆਹ ਸਾਡੇ ਕੋਲ ਕਿੰਨਾ ਹੈ? 4 ਹੈ, ਯਾਨੀ ਇਹ ਸਾਡੇ ਕੋਲ ਹੋ ਗਿਆ ਪੀ ਕਿਊ ਤੇ ਆਰ। ਠੀਕ ਹੈ ਜੀ, ਸਮਝ ਰਹੇ ਹੋ? ਤਾਂ ਇਹਦਾ ਬੇਸ ਸਾਡੇ ਕੋਲ ਹੋ ਗਿਆ B1 ਤੇ ਇਹਦਾ ਬੇਸ ਹੋ ਗਿਆ ਸਾਡੇ ਕੋਲ B2।
ਹੁਣ ਕੁਐਸਚਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪਹਿਲੇ ਦਾ ਏਰੀਆ ਕੀ ਰਿਹਾ ਹੋਏਗਾ, ਯਾਨੀ ਬੇਸ ਇਨਟੂ ਹਾਈਟ ਹੈ, ਠੀਕ ਹੈ। ਦੂਸਰੇ ਦਾ ਏਰੀਆ ਕੀ ਰਿਹਾ ਹੋਏਗਾ, ਯਾਨੀ ਇਹ ਬੇਸ 1 ਹੈ ਤੇ ਇਹ ਬੇਸ 2 ਇਨਟੂ ਹਾਈਟ ਹੈ, ਰਾਈਟ ਹੈ। ਤਾਂ ਇਹ ਕਹਿੰਦਾ ਹੁਣ ਇਹਨਾਂ ਦਾ ਏਰੀਆ ਜਿਹੜਾ ਏਰੀਆ ਦਾ ਜਿਹੜਾ ਰੇਸ਼ੀਓ 4 ਤੇ 3 ਰਿਹਾ ਹੋਏਗਾ, ਕਰੈਕਟ ਹੈ। ਤਾਂ ਮੈਂ ਅਗਰ ਇੱਥੇ ਇਸ ਚੀਜ਼ ਨੂੰ ਇਰੇਜ ਕਰਕੇ ਬੇਸ ਨੂੰ ਮੈਂ ਹਾਈਟ ਨੂੰ ਕੀ ਲਿਖ ਦਵਾਂ, ਪਹਿਲੇ ਦੀ ਹਾਈਟ ਨੂੰ ਬੱਚੇ ਆਪਾਂ ਲਿਖ ਦਿੰਦੇ ਹਾਂ 3 ਹੈ ਤੇ ਇਹ ਸਾਡੇ ਕੋਲੇ ਕਿੰਨਾ ਹੈ, 4 ਹੈ। ਕਿੰਨਾ ਹੈ ਜੀ, 4 ਹੈ। ਤਾਂ ਮੈਂ ਇਸ ਨੂੰ ਇਸ ਨਾਲ ਕੈਂਸਲ ਕਰ ਸਕਦਾ, ਠੀਕ ਹੈ। ਤੁਸੀਂ ਕੀ ਕਰੋਗੇ, ਇਹਨੂੰ ਕ੍ਰੋਸ ਪ੍ਰੋਡਕਟ ਕਰੋਗੇ, ਇਹਨੂੰ ਕ੍ਰੋਸ ਪ੍ਰੋਡਕਟ ਕਰੋਗੇ ਤਾਂ ਤੁਹਾਡੇ ਕੋਲੇ ਕਿੰਨਾ ਆ ਜਾਏਗਾ, 4 ਚੌਕੇ 16 ਹੈ ਤੇ 33 ਕਿੰਨਾ ਹੈ, 9 ਹੈ। ਇਹ ਆਨਸਰ ਆ